ਸਵਾਗਤ ਹੈ ਜੀ ਜੀ ਆਇਆਂ ਨੂੰ ਯੂ ਐੱਸ ਵਿੱਚ ਗਲੋਬਲ ਪੰਜਾਬ ਅਤੇ ਕੈਨੇਡਾ ਵਿੱਚ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ, ਕੰਵਰ ਸੰਧੂ ਜੀ ਸਰਜਰੀ ਦੇ ਕਾਰਨ 2 ਵੀਕ ਤੋਂ ਇਹ ਗਏ ਹੋਏ ਨੇ, ਇਹ ਪ੍ਰੋਗਰਾਮ ਨਹੀਂ ਕਰ ਰਹੇ। ਇਸ ਵੀਕ ਵੀ ਇਹ ਪ੍ਰੋਗਰਾਮ ਸਾਡੇ ਟੋਰਾਂਟੋ ਸਟੂਡੀਓ ਤੋਂ ਤੇਜਵੀਰ ਦੁੱਗਾ ਹੋਰਾਂ ਨੇ ਕੀਤਾ ਸੀ। ਅੱਜ ਅਸੀਂ ਇਹ ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਆਪਣੇ ਸਰੀ ਸਟੂਡੀਓ ਤੋਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਅਸੀਂ ਕਿਸੇ ਨਾ ਕਿਸੇ ਮੁੱਦੇ ਨੂੰ ਡਿਸਕਸ ਕਰਦੇ ਹਾਂ, ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ। ਤੁਸੀਂ ਸਾਨੂੰ ਕਾਲਸ ਕਰਦੇ ਹੋ, ਸਾਡਾ ਫੋਨ ਨੰਬਰ ਅਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਦੱਸ ਰਹੇ ਹਾਂ, 1-888-923-2625, 1888-923-2625। ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਕਿ ਅਸੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਆਉਂਦੇ, ਉਹ ਵਿਸ਼ਾ, ਉਹ ਮੁੱਦਾ ਜਿਹੜਾ ਸਾਡੀ ਜ਼ਿੰਦਗੀ ਦੇ ਨਾਲ ਕਿਤੇ ਨਾ ਕਿਤੇ ਖਹਿ ਕੇ ਲੰਘਦਾ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ, ਉਹ ਆ 2017 ਦੀਆਂ ਵਿਧਾਨ ਸਭਾ ਇਲੈਕਸ਼ਨ ਜਿਹੜੀਆਂ ਪੰਜਾਬ ਦੇ ਵਿੱਚ ਆ ਰਹੀਆਂ। ਸਾਡਾ ਵਿਸ਼ਾ ਇਹ ਬਿਲਕੁਲ ਨਹੀਂ ਆ ਕਿ ਕਿਹੜੀ ਪਾਰਟੀ ਜਿੱਤਦੀ ਆ, ਕਿਹੜੀ ਪਾਰਟੀ ਹਾਰਦੀ ਆ। ਇਲੈਕਸ਼ਨ ਦੇ ਵਿੱਚ ਅਜੇ ਸਮਾਂ ਆ, ਬਹੁਤ ਸਾਰੀ ਚਰਚਾ ਇਹਦੇ ਉੱਤੇ ਹੁੰਦੀ ਆ, ਬਹੁਤ ਸਾਰੇ ਜਿਹੜੇ ਰਾਜਨੀਤੀ ਇੱਕ ਖਾਸ ਕਿਸਮ ਦੀ ਪੰਜਾਬ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਕਿ ਸਮੇਂ ਤੋਂ ਇੰਨਾ ਪਹਿਲਾਂ ਜਿਹੜੀ ਗਰਮ ਹੋ ਚੁੱਕੀ ਆ। ਬਹੁਤ ਵਾਰੀ ਇਸ ਮੁੱਦੇ ਦੇ ਉੱਤੇ ਗੱਲਬਾਤ ਹੋ ਚੁੱਕੀ ਹੈ, ਪਰ ਸਾਡਾ ਮੁੱਦਾ ਥੋੜ੍ਹਾ ਜਿਹਾ ਇਸ ਚੀਜ਼ ਤੋਂ ਹਟਵਾਂ ਆ ਕਿ 2017 ਦੀਆਂ ਵਿਧਾਨ ਸਭਾ ਇਲੈਕਸ਼ਨਸ ਆ ਰਹੀਆਂ, ਉਹਦੇ ਵਿੱਚ ਮੁੱਦੇ ਕਿਹੜੇ ਹੋਣੇ ਚਾਹੀਦੇ ਆ, ਪੰਜਾਬ ਦੇ ਉਹ ਕਿਹੜੇ ਮੁੱਦੇ ਆ ਜਿਹੜੇ ਇਹਨਾਂ ਵਿਧਾਨ ਸਭਾ ਇਲੈਕਸ਼ਨ ਦਾ ਆਧਾਰ ਬਣਨਾ ਚਾਹੀਦਾ, ਪੋਲੀਟੀਕਲ ਪਾਰਟੀਜ਼ ਨੂੰ ਕਿਹੜੇ ਮੁੱਦੇ ਲੈ ਕੇ ਆਉਣੇ ਚਾਹੀਦੇ ਆ, ਜਾਂ ਲੋਕਾਂ ਨੂੰ ਤਰਜੀਹ ਦੇ ਆਧਾਰ ਦੇ ਉੱਤੇ ਕਿਹਨਾਂ ਮੁੱਦਿਆਂ ਬਾਰੇ ਇਹਨਾਂ ਪਾਰਟੀਜ਼ ਨੂੰ ਸਵਾਲ ਕਰਨਾ ਚਾਹੀਦਾ ਜਾਂ ਗੱਲ ਕਰਨੀ ਚਾਹੀਦੀ ਹੈ। ਸੋ ਇਸ਼ੂਜ਼ ਕਿਹੜੇ ਨੇ ਪੰਜਾਬ ਦੇ, ਉਹ ਇਸ 2017 ਦੀਆਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ, ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਅੱਜ ਵਿਸਥਾਰ ਦੇ ਵਿੱਚ। ਗੱਲਬਾਤ ਕਰਦੇ ਹਾਂ, ਤੁਹਾਡੀਆਂ ਫੋਨ ਕਾਲਸ ਦੀ ਸਾਨੂੰ ਉਡੀਕ ਰਹੇਗੀ। ਨੰਬਰ ਮੈਂ ਇੱਕ ਵਾਰੀ ਫਿਰ ਦੱਸ ਰਿਹਾ, 1-888-923-2625, 1888-923-2625। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵਿਧਾਨ ਸਭਾ ਇਲੈਕਸ਼ਨ ਦੇ ਮੁੱਦੇ ਕਿਹੜੇ ਹੋਣੇ ਚਾਹੀਦੇ ਆ, ਤਾਂ ਬਹੁਤ ਸਾਰੇ ਮੁੱਦੇ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਆ, ਬਹੁਤ ਸਾਰੇ ਮੁੱਦੇ ਚਰਚਾ ਦੇ ਵਿੱਚ ਵੀ ਰਹਿੰਦੇ ਆ। ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ, ਡਰੱਗਸ ਯੂਥ ਬਹੁਤ ਲੈ ਰਿਹਾ, ਉਹਦਾ ਮੁੱਦਾ ਹੋ ਸਕਦਾ। ਕਿਸਾਨੀ ਜਿਹੜੀ ਆ ਉਹ ਪਿੱਛੇ ਨੂੰ ਜਾ ਰਹੀ ਆ, ਤਬਾਹ ਹੋ ਰਹੀ ਆ, ਉਹਦਾ ਮੁੱਦਾ ਵੀ ਕਾਫੀ ਚਰਚਾ ਦੇ ਵਿੱਚ ਆ। ਇਹ ਕੁਛ ਮੁੱਦੇ ਨੇ, ਪਰ ਜਦੋਂ ਅਸੀਂ ਪੰਜਾਬ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਦੇ ਹਾਂ ਕਿ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਇਹਨਾਂ ਇਲੈਕਸ਼ਨਸ ਦਾ ਆਧਾਰ ਬਣਦੇ ਰਹੇ ਆ ਮੁੱਢ ਤੋਂ ਲੈ ਕੇ, ਜਦੋਂ ਹੁਣ ਜਿਹੜਾ ਪੰਜਾਬ, ਅੱਜ ਦਾ ਜਿਹੜਾ ਪੰਜਾਬ ਆ ਸਾਡਾ, ਇਹ ਹੋਂਦ ਵਿੱਚ ਆਇਆ, ਜਦੋਂ ਅਸੀਂ ਇਸ ਜੀਓਗ੍ਰਾਫਿਕਲ ਏਰੀਏ ਦੀ ਗੱਲ ਕਰਦੇ ਹਾਂ, ਇਸ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, 1966 ਦੇ ਵਿੱਚ ਇਹ ਪੰਜਾਬ ਹੋਂਦ ਵਿੱਚ ਆਉਂਦਾ। ਹਰਿਆਣਾ ਵੱਖਰਾ, ਹਿਮਾਚਲ ਵੱਖਰਾ, ਬਹੁਤ ਸਾਰੇ ਇਲਾਕੇ ਵੱਖਰੇ ਹੋ ਜਾਂਦੇ ਆ। ਉਹ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 1971 ਦੇ ਵਿੱਚ ਹੁੰਦੀਆਂ, 72 ਦੇ ਵਿੱਚ ਹੁੰਦੀਆਂ, 1971 ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲਦੀ ਆ। 72 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਆ, ਕਾਂਗਰਸ ਨੂੰ ਬਹੁਤ ਮਿਲਦਾ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣ ਜਾਂਦੇ ਆ। ਉਹਦੇ ਤੋਂ ਬਾਅਦ ਫਿਰ ਪੰਜਾਬ ਦੇ ਕੁਝ ਮੁੱਦੇ ਸਾਡੇ ਸਾਹਮਣੇ ਆਉਂਦੇ ਆ, ਉਹ ਮੁੱਦੇ ਉਸ ਸਮੇਂ ਤੋਂ ਲੈ ਕੇ 1966 ਤੋਂ ਲੈ ਕੇ ਜਾਂ 1972-73 ਦੇ ਵਿੱਚ ਜਦੋਂ ਇਹ ਮੁੱਦੇ ਜਿਹੜੇ ਹਾਈਲਾਈਟ ਹੋਏ ਆ, ਉਹਦੇ ਤੋਂ ਬਾਅਦ ਬਹੁਤ ਲੰਬਾ ਸਮਾਂ ਉਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਹੁੰਦੀ ਰਹੀ ਆ। ਉਹ ਮੁੱਦੇ ਸੱਚਮੁੱਚ ਪੰਜਾਬ ਦੇ ਮੁੱਦੇ ਵੀ ਸੀਗੇ ਜਿਨ੍ਹਾਂ ਦੇ ਉੱਤੇ ਗੱਲਬਾਤ ਵੀ ਹੋਣੀ ਚਾਹੀਦੀ ਸੀਗੀ, ਪਰ ਹੌਲੀ 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 ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 2017 ਦੀ ਵਿਧਾਨ ਸਭਾ ਇਲੈਕਸ਼ਨ ਦੀ,
ਤਾਂ ਇੱਦਾਂ ਲੱਗਦਾ ਉਹ ਮੁੱਦੇ ਕਿਤੇ ਪਿੱਛੇ ਚਲੇ ਗਏ ਆ। ਜਾਂ ਅੱਜ ਸਾਡਾ ਇਹੀ ਗੱਲ ਅਸੀਂ ਡਿਸਕਸ ਕਰ ਰਹੇ ਹਾਂ, ਦੋ ਤਰ੍ਹਾਂ ਦੀਆਂ ਮਾਦੇ ਦੇ ਵਿੱਚ ਆਉਂਦੇ ਆ, ਦੋ ਤਰ੍ਹਾਂ ਦੇ ਵਿਚਾਰ ਇਹਦੇ ਵਿੱਚ ਆਉਂਦੇ ਆ, ਦੋ ਤਰ੍ਹਾਂ ਦੀਆਂ ਆਈਡੀਓਲੋਜੀਜ਼ ਇਹਦੇ ਵਿੱਚ ਆ ਰਹੀਆਂ। ਮੰਨ ਲਓ ਚੰਡੀਗੜ੍ਹ ਦਾ ਮੁੱਦਾ ਸੀ ਕਿ ਕੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਬਹੁਤ ਲੰਬਾ ਸਮਾਂ ਇਸ ਗੱਲ ਦਾ ਰੇੜਕਾ ਪਿਆ ਰਿਹਾ, ਅਜੇ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਹੈਗੀ ਹੈ, ਪਰ ਇਹ ਮੁੱਦਾ ਓਡੇ ਵੱਡੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਨਹੀਂ ਹੋਇਆ ਜਾਂ ਅੱਜ ਨਹੀਂ ਹੋ ਰਿਹਾ। ਕੀ ਉਹ ਮੁੱਦਾ ਖਤਮ ਹੋ ਗਿਆ ਜਾਂ ਉਹ ਮੁੱਦਾ ਉਹਦਾ ਕੋਈ ਅੱਜ ਦੇ ਸਮੇਂ ਦੇ ਵਿੱਚ ਮਹੱਤਵ ਕੋਈ ਨਹੀਂ ਹੈ, ਜਾਂ ਉਹ ਮੁੱਦਾ ਠੀਕ ਨਹੀਂ ਸੀ। ਜੇ ਠੀਕ ਸੀ ਤਾਂ ਉਹ ਅੱਜ ਪ੍ਰਮੁੱਖ ਮੁੱਦਾ ਕਿਉਂ ਨਹੀਂ ਹੈ? ਮਸਲਨ ਅਸੀਂ ਦੂਜੀ ਗੱਲ ਕਰਦੇ ਹਾਂ ਕਿ ਸਾਡੇ ਕੋਲ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਬਹੁਤ ਸਾਰੇ ਪੰਜਾਬ ਤੋਂ ਬਾਹਰ ਰਹਿ ਗਏ ਸੀ, ਉਹ ਮੁੱਦਾ ਸੀ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਮਿਲਾਇਆ ਜਾਊਗਾ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਪੁਰਾਣੇ ਲੋਕ ਜਿਹੜੇ ਸਾਡੇ ਦਰਸ਼ਕ ਉਸ ਵੇਲੇ ਦੇ ਵਿੱਚ ਇਹ ਸਾਰਾ ਕੁਝ ਦੇਖਦੇ ਰਹੇ, ਉਹਨਾਂ ਨੂੰ ਤਾਂ ਪਤਾ, ਪਰ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਇਹਨਾਂ ਮੁੱਦਿਆਂ ਬਾਰੇ ਪਤਾ ਨਹੀਂ ਕਿ ਕਿਹੜੇ ਪੰਜਾਬੀ ਬੋਲਦੇ ਇਲਾਕੇ ਸੀਗੇ ਜਦੋਂ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਇਹ ਇਲਾਕਾ ਬਹੁਤ ਸਾਰਾ, ਚਾਹੇ ਉਹ ਡਲਹੌਜ਼ੀ ਸੀ, ਚਾਹੇ ਉਹ ਚੰਡੀਗੜ੍ਹ ਸੀ, ਚਾਹੇ ਪੰਜੌਰ, ਕਾਲਕਾ, ਸ਼ਾਹਬਾਦ, ਗੋਲਾ ਜਾਂ ਰਾਜਸਥਾਨ ਦਾ ਗੰਗਾਨਗਰ ਦਾ ਬਹੁਤ ਸਾਰਾ ਇਲਾਕਾ ਸੀ, ਉਹ ਪੰਜਾਬ ਦਾ ਹਿੱਸਾ ਸੀ। ਇਹ ਮੰਗ ਬਹੁਤ ਵੱਡੇ ਪੱਧਰ 'ਤੇ ਉੱਠੀ ਸੀ ਕਿ ਪੰਜਾਬ ਦੇ ਉਹਨਾਂ ਇਲਾਕਿਆਂ ਨੂੰ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਰਲਾਉਣਾ ਚਾਹੀਦਾ। ਪਰ ਅੱਜ ਉਹ ਮੰਗ ਸ਼ਾਇਦ ਓਡੇ ਪੱਧਰ 'ਤੇ ਹੈ ਨਹੀਂ। ਇਹਦਾ ਕੀ ਕਾਰਨ ਆ? ਜਿਹਨਾਂ ਮੁੱਦਿਆਂ 'ਤੇ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਮੁੱਦੇ ਅੱਜ ਤਰਜੀਹੀ ਆਧਾਰ ਦੇ ਉੱਤੇ ਜਾਂ ਪੰਜਾਬ ਦੇ ਬੇਸਿਕ ਮੁੱਦੇ ਹੈਗੇ ਆ ਜਾਂ ਪੰਜਾਬ ਦੇ ਮੁੱਢਲੇ ਮੁੱਦੇ ਹੈਗੇ ਆ? ਕਿਸੇ ਵੇਲੇ ਗੱਲ ਹੋਈ ਸੀ ਪੰਜਾਬ ਨੂੰ ਜਾਂ ਸਾਰੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ, ਡੀਸੈਂਟਲਾਈਜੇਸ਼ਨ ਆਫ ਪਾਵਰ, ਕਿ ਕੇਂਦਰ ਕੋਲ ਕੁਛ ਮਹਿਕਮੇ ਹੋਣੇ ਚਾਹੀਦੇ ਜਿਹਨਾਂ ਦੇ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਹੈ, ਫੋਰਨ ਅਫੇਅਰਸ ਹੋਣੇ ਚਾਹੀਦੇ, ਕਰੰਸੀ ਦਾ ਮਾਮਲਾ ਉਹਨਾਂ ਦੇ ਕੋਲ ਹੋਣਾ ਚਾਹੀਦਾ, ਬਾਕੀ ਜਿਹੜੇ ਆ ਉਹ ਰਾਜਾਂ ਨੂੰ ਦੇ ਦੇਣੇ ਚਾਹੀਦੇ ਆ। ਜੇਕਰ ਉਹ ਮੁੱਦੇ ਜੇ ਉਹ ਮਸਲੇ ਜਿਹੜੇ ਰਾਜਾਂ ਦੇ ਕੋਲ ਆ ਜਾਂਦੇ ਆ ਤਾਂ ਉਹਦੇ ਤੋਂ ਬਾਅਦ ਬਿਨਾਂ ਸ਼ੱਕ ਰਾਜ ਜ਼ਿਆਦਾ ਤਰੱਕੀ ਕਰ ਸਕਦੇ ਸੀ। ਇਹਦੇ ਉੱਤੇ ਬਹੁਤ ਲੰਬਾ ਸਮਾਂ ਪੰਜਾਬ ਦੇ ਵਿੱਚ ਸੰਘਰਸ਼ ਵੀ ਚੱਲਿਆ, ਤੁਸੀਂ ਸਾਰੇ ਜਾਣਦੇ ਹੋ, ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ। ਬਹੁਤ ਸਾਰੀਆਂ ਪਾਰਟੀਆਂ ਨੇ, ਬਹੁਤ ਸਾਰੀਆਂ ਧਿਰਾਂ ਨੇ ਉਹ ਸੰਘਰਸ਼ ਕੀਤਾ। ਇਹ ਸਾਰਾ ਕੁਝ ਕਹਿਣ ਦਾ ਅਰਥ ਕੀ ਆ ਕਿ ਉਹ ਮੁੱਦੇ ਕਿਸੇ ਵੇਲੇ ਜਿਹੜੇ ਪੰਜਾਬ ਦੇ ਭਖਦੇ ਮੁੱਦੇ ਸੀ, ਜਿਨ੍ਹਾਂ ਦੇ ਲਈ ਪੰਜਾਬ ਦੇ ਲੋਕ ਲੜਦੇ ਵੀ ਰਹੇ ਜਾਂ ਜਿਨ੍ਹਾਂ ਦੇ ਵਿਰੋਧ ਵੀ ਹੁੰਦੇ ਰਹੇ, ਉਹ ਮੁੱਦੇ ਅੱਜ ਗਾਇਬ ਹੋ ਗਏ। ਸਵਾਲ ਇਹ ਆ ਕਿ ਅੱਜ 2017 ਦੇ ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਇਹਦੇ ਵਿੱਚ ਮੁੱਦੇ ਕਿਹੜੇ ਹੋਣ? ਠੀਕ ਆ, ਜਿਹੜੇ ਅੱਜ ਮੁੱਦੇ ਹੈਗੇ ਆ ਕਿ ਕੀ ਇਹ ਮੁੱਦੇ ਸਿਰਫ ਸਾਡੇ ਛੋਟੀਆਂ ਛੋਟੀਆਂ ਘਟਨਾਵਾਂ ਦੇ ਪ੍ਰਤੀਕਰਮ ਬਣ ਕੇ ਰਹਿ ਗਏ ਆ, ਜਾਂ ਅਸੀਂ ਇਹ ਸਾਰੇ ਮੁੱਦੇ ਉਹਨਾਂ ਦੇ ਜਿਹੜੇ ਉਹਨਾਂ ਘਟਨਾਵਾਂ ਦੇ ਰਿਐਕਸ਼ਨਸ ਨੇ, ਉਹ ਰਿਐਕਸ਼ਨਸ ਨੂੰ ਅਸੀਂ ਮੁੱਦੇ ਸਮਝ ਰਹੇ ਹਾਂ ਕਿ ਕਿਸੇ ਨੇ ਕਿਸੇ ਦੀ ਕਾਰ ਦੇ ਉੱਤੇ ਵੱਟਾ ਮਾਰ ਦਿੱਤਾ ਜਾਂ ਕਿਸੇ ਦੀ ਕਾਰ ਦੇ ਉੱਤੇ ਸੋਟੀ ਵੱਜ ਜਾਂਦੀ ਆ, ਕੀ ਉਹ ਸਾਡੇ ਮੁੱਦੇ ਬਣ ਜਾਂਦੇ ਆ? ਜਾਂ ਅਸੀਂ ਸੋਚ ਸਕਦੇ ਹਾਂ ਕਿ ਇਹ ਜਿਹੜਾ ਮੁੱਦਿਆਂ ਦਾ ਰੂਪ ਕਿਸ ਤਰ੍ਹਾਂ ਬਦਲਦਾ? ਅਸੀਂ ਹੁਣੇ ਗੱਲ ਕੀਤੀ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਮਿਲਾਉਣੇ ਚਾਹੀਦੇ, ਇੱਕ ਬਹੁਤ ਵੱਡਾ ਮੁੱਦਾ ਸੀ। ਅੱਜ ਇਹ ਮੁੱਦਾ ਓਡਾ ਵੱਡਾ ਮੁੱਦਾ ਕਿਉਂ ਨਹੀਂ ਰਿਹਾ? ਬਿਨਾਂ ਸ਼ੱਕ ਬਹੁਤ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਰਾ ਕੁਝ ਹੈਗਾ, ਪਰ ਉਸ ਤਰੀਕੇ ਦੇ ਨਾਲ ਇਹ ਮੁੱਦਾ ਸਾਹਮਣੇ ਨਹੀਂ ਆਉਂਦਾ। ਕੀ ਅੱਜ ਪੰਜਾਬ ਨੂੰ ਉਹਨਾਂ ਇਲਾਕਿਆਂ ਦੀ ਲੋੜ ਨਹੀਂ ਰਹੀ? ਅਸੀਂ ਜਦੋਂ ਹਰਿਆਣੇ ਦੇ ਨਾਲ ਜੁੜਦੇ ਹਾਂ, ਪੰਜਾਬ ਤੋਂ ਜਾਂਦੇ ਹਾਂ, ਅੰਬਾਲੇ ਤੋਂ ਅੱਗੇ ਸ਼ਾਹਬਾਦ ਦਾ ਬਹੁਤ ਵੱਡਾ ਇਲਾਕਾ, ਉਹ ਸਾਰਾ ਇਲਾਕਾ ਕਦੇ ਜਿਹੜਾ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਸਾਰਾ ਇਲਾਕਾ ਪੰਜਾਬ ਦੇ ਵਿੱਚ ਮਿਲਾਇਆ ਨਹੀਂ ਜਾਣਾ ਚਾਹੀਦਾ, ਜਾਂ ਵੱਡੇ ਪੰਜਾਬ ਦਾ ਜਿਹੜਾ ਕੋਨਸੈਪਟ ਸੀਗਾ ਜਿਹਦੇ ਵਿੱਚ ਚੰਡੀਗੜ੍ਹ ਵੀ ਸ਼ਾਮਿਲ ਸੀ, ਉਹ ਅੱਜ ਕਿਉਂ ਖਤਮ ਹੋ ਗਿਆ? ਜਾਂ ਅਗਲੀ ਪੀੜ੍ਹੀ ਨੂੰ ਉਹਦੇ ਬਾਰੇ ਪਤਾ ਕਿਉਂ ਨਹੀਂ ਆ? ਸਾਡੇ ਮੁੱਦੇ ਜਿਹੜੇ ਆ ਉਹ ਬਦਲ ਕਿਉਂ ਗਏ ਆ? ਕੀ ਪੋਲੀਟੀਕਲ ਪਾਰਟੀਜ਼ ਨੂੰ,
ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਕਿ ਉਹ ਮੁੱਦੇ ਕਿੱਥੇ ਗਏ, ਜਾਂ ਉਹ ਮੁੱਦਿਆਂ ਦੇ ਜਿਹੜੇ ਰੂਪ ਬਦਲੇ ਆ ਸਾਡੇ ਕੋਲ ਉਹਦੀ ਲੋੜ ਨਹੀਂ ਰਹੀ, ਉਹ ਮੁੱਦੇ ਕੋਈ ਮਹੱਤਵਪੂਰਨ ਮੁੱਦੇ ਸਾਡੇ ਲਈ ਹੈ ਹੀ ਨਹੀਂ ਸੀ, ਜਾਂ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਮਸਲਾ ਸੀ। ਪੰਜਾਬੀ ਭਾਸ਼ਾ ਇੱਕ ਵੇਲਾ ਸੀ ਜਦੋਂ ਅਸੀਂ ਗੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਉਹ ਮੁੱਦੇ, ਪੰਜਾਬ ਤੋਂ ਬਾਹਰੇ ਮੁੱਦੇ ਜਿਹੜੇ ਉਹ ਇੱਥੇ ਲਿਆਉਣੇ ਚਾਹੀਦੇ ਆ, ਅਤੇ ਅੱਜ ਹਾਲ ਇਹ ਆ ਕਿ ਪੰਜਾਬ ਦੇ ਵਿੱਚ ਹੀ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਬੈਨ ਲੱਗਿਆ। ਜਦੋਂ ਪੰਜਾਬੀ ਖਤਮ ਹੁੰਦੀ ਆ, ਸਾਡਾ ਵਿਰਸਾ ਖਤਮ ਹੁੰਦਾ, ਅਸੀਂ ਜੁੜ ਨਹੀਂ ਸਕਦੇ ਆਪਣੇ ਪਿਛੋਕੜ ਦੇ ਨਾਲ। ਕੀ ਗਲੋਬਲਾਈਜੇਸ਼ਨ ਹੋ ਗਿਆ, ਉਹ ਸਾਰੇ ਮੁੱਦਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ, ਸਮੇਂ ਦੇ ਨਾਲ ਸਮਾਂ ਲੰਘੀ ਜਾਂਦਾ, ਉਹ ਮੁੱਦੇ ਜਿਹੜੇ ਆ ਪੁਰਾਣੇ ਹੁੰਦੇ ਜਾਂਦੇ ਆ, ਫਿਰ ਉਹਨੂੰ ਇੱਕ ਧਾਰਮਿਕ ਕਿਸਮ ਦੀ ਰੰਗਣ ਵੀ ਦਿੱਤੀ ਗਈ ਉਹਨਾਂ ਮੁੱਦਿਆਂ ਨੂੰ, ਉਹ ਸਾਰਾ ਕੁਛ ਵੀ ਪੰਜਾਬ ਦੇ ਵਿੱਚ ਹੋਇਆ। ਅੱਜ ਸਾਡੇ ਮੁੱਦੇ ਕਿਹੜੇ ਨੇ, ਕਿਹੜੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਆ, ਭਾਵ ਇਹ ਅੱਜ ਜੇਕਰ ਸਾਡੇ ਕੋਲ ਨਸ਼ਿਆਂ ਦਾ ਮੁੱਦਾ ਆ, ਇਹਨਾਂ ਦੇ ਉੱਤੇ ਕਿਹਾ ਜਾਂਦਾ ਕਿ ਡਰੱਗ ਪੰਜਾਬ ਦੇ ਵਿੱਚੋਂ ਕਿੱਜਾ ਖਤਮ ਹੋਊਗੀ, ਇਹ ਮੁੱਦਾ ਹੈਗਾ, ਪਰ ਕੀ ਇਹ ਸੱਚਮੁੱਚ ਮੁੱਦਾ ਆ ਜਾਂ ਇਹ ਕਿਸੇ ਮੁੱਦੇ ਦਾ ਅੱਗਿਓਂ ਇੱਕ ਪ੍ਰੋਡਕਟ ਨਿਕਲ ਕੇ ਸਾਡੇ ਸਾਹਮਣੇ ਆ ਰਿਹਾ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਸਟੂਡੀਓ ਦਾ ਫੋਨ ਨੰਬਰ ਮੈਂ ਤੁਹਾਨੂੰ ਦੱਸ ਚੁੱਕਿਆ, 1888923225, 1888-9236-2650, ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ, ਸਾਡੇ ਨਾਲ ਪਾਰਟੀਸਪੇਟ ਕਰ ਸਕਦੇ ਹੋ। ਸੋ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਤੁਹਾਡੀਆਂ ਕਾਲਸ ਆਉਂਦੀਆਂ, ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਇਸ ਵਿਸ਼ੇ ਦੇ ਉੱਤੇ ਕਰਦੇ ਹਾਂ ਕਿ ਜਿਹੜੇ ਇਹ ਮੁੱਦੇ ਸੀਗੇ, ਇਹ ਸਾਡੇ ਅੱਜ ਦੇ ਮੁੱਦੇ ਬਦਲ ਕਿਉਂ ਗਏ, ਜਾਂ ਕੀ ਅਸੀਂ ਅਸਲ ਮੁੱਦਿਆਂ ਤੋਂ ਆਪਣਾ ਧਿਆਨ ਜਿਹੜਾ ਪਾਸੇ ਤਾਂ ਨਹੀਂ ਹਟਾ ਲਿਆ, ਜਾਂ ਇਹ ਸਾਰਾ ਧਿਆਨ ਕਿਸੇ ਤਰ੍ਹਾਂ ਪਾਸੇ ਹਟਾ ਦਿੱਤਾ ਗਿਆ ਕਿ ਨਸ਼ੇ ਤਾਂ ਅੱਜ ਹੈਗੇ ਆ। ਜੇ ਪੰਜਾਬ ਨੂੰ ਵੱਧ ਅਧਿਕਾਰ ਮਿਲੇ ਹੁੰਦੇ, ਜੇ ਰਾਜਾਂ ਨੂੰ ਵੱਧ ਅਧਿਕਾਰ ਮਿਲੇ ਹੁੰਦੇ, ਤਾਂ ਪੰਜਾਬ ਦੇ ਵਿੱਚ ਇੰਡਸਟਰੀ ਆਉਂਦੀ, ਇੰਡਸਟਰੀ ਆਉਂਦੀ, ਪੰਜਾਬ ਦੇ ਵਿੱਚ ਰੁਜ਼ਗਾਰ ਮਿਲਦਾ, ਰੁਜ਼ਗਾਰ ਮਿਲਦਾ ਤਾਂ ਸ਼ਾਇਦ ਜਵਾਨੀ ਜਿਹੜੀ ਆ ਇਸ ਪਾਸੇ ਨਾ ਜਾਂਦੀ, ਜਾਂ ਵਿਦੇਸ਼ਾਂ ਦੇ ਵਿੱਚ ਜਾਣ ਦੀ ਲਲਕ ਜਿੰਨੀ ਇਸ ਜਵਾਨੀ ਨੂੰ ਹੈਗੀ ਆ ਉਹ ਸ਼ਾਇਦ ਅੱਜ ਨਾ ਹੁੰਦੀ। ਸੋ ਇਹ ਬੜੀ ਵਿਚਾਰਨ ਵਾਲੀ ਗੱਲ ਆ। ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਕਿ ਮੁੱਦੇ ਜਿਹੜੇ ਦੇਖੋ ਜੀ, ਬਹੁਤ ਸਾਰੇ ਮੁੱਦੇ ਇਹਨਾਂ ਦੇ ਉੱਤੇ ਗੱਲ ਹੋ ਰਹੀ ਆ, ਸ਼ਾਇਦ ਅਗਲੀ ਪੀੜ੍ਹੀ ਨੂੰ ਕਿੰਨਿਆਂ ਨੂੰ ਪਤਾ ਕਿ ਇਹ ਜਿਹੜੇ ਮੁੱਦੇ ਹੁੰਦੇ ਸੀ ਕਿਸੇ ਵੇਲੇ, ਇਹਨਾਂ ਦੇ ਉੱਤੇ ਬਹੁਤ ਸਾਰੇ ਸੰਘਰਸ਼ ਹੋਏ ਸੀ, ਬਹੁਤ ਸਾਰੇ ਨਾਮ ਦਿੱਤੇ ਗਏ ਸੀ, ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ ਪੰਜਾਬ ਦੀਆਂ, ਅੱਜ ਉਹ ਸਾਰੇ ਮੁੱਦੇ ਅੱਜ ਦੇ ਵੇਲੇ ਵਿੱਚ ਕਿਉਂ ਨਹੀਂ ਆ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਹੈਲੋ ਜੀ, ਸਵਾਗਤ ਹੈ, ਕੌਣ ਬੋਲ ਰਹੇ ਹੋ ਤੇ ਕਿੱਥੇ ਬੋਲ ਰਹੇ ਹੋ ਜੀ? ਹਾਂਜੀ, ਰਾਮ ਸ਼ਰਮਾ ਵਿਨੀਪੈਗ ਤੋਂ ਬੋਲ ਰਹੇ ਜੀ। ਜੀ ਜੀ, ਸਵਾਗਤ ਹੈ ਜੀ। ਹਾਂਜੀ, ਜਿਹੜਾ ਅੱਜ ਵਾਲਾ ਵੀ ਇਸ਼ੂ ਹੈ ਜੀ, ਬੜਾ ਵਧੀਆ ਇਸ਼ੂ ਹੈਗਾ ਉਹਦੇ ਵਿੱਚ, ਪਰ ਜਿਹੜੀ ਪ੍ਰੋਬਲਮ ਇਹ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਹੈ, ਉਸ ਇਲੈਕਸ਼ਨ ਨੂੰ ਵਿਨ ਕਰਨ ਵਾਸਤੇ ਜਿਹੜੇ ਲੀਡਰ ਲੋਕ ਆ ਉਹ ਬਹੁਤ ਲਾਰੇ ਲਾਉਂਦੇ ਆ, ਬਹੁਤ ਚੂਸੀਆਂ ਲਾਲੀ ਪਾਪ ਖਾਉਂਦੇ ਆ, ਅਸੀਂ ਇਹ ਕਰਾਂਗੇ ਇਹ ਕਰਾਂਗੇ। ਬਿਲਕੁਲ, ਕਿਉਂਕਿ ਜਿੰਨੀ ਕੁ ਮਿਨਿਸਟਰੀ ਦੀ ਜਗ੍ਹਾ ਪੰਜਾਬ ਦੇ ਵਿੱਚ ਜਿੰਨੇ ਮਿਨਿਸਟਰ ਬਣ ਸਕਦੇ ਆ, ਉਦੋਂ ਉਸ ਕੁਰਸੀ ਨੂੰ ਜਾਂ ਉਸ ਜਗ੍ਹਾ ਨੂੰ ਛੋਹਣ ਵਾਸਤੇ ਹਰ ਇੱਕ ਬੰਦਾ ਜਿੰਨੀ ਜ਼ਰੂਰਤ ਹੁੰਦੀ ਆ ਉਨੀ ਕੋਸ਼ਿਸ਼ ਕਰਦਾ, ਪਰ ਜਦੋਂ ਉਹ ਵਿਧਾਨ ਸਭਾ 'ਚ ਪਹੁੰਚ ਜਾਂਦੇ ਆ, ਚੰਡੀਗੜ੍ਹ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ, ਉਹ ਸਭ ਕੁਛ ਪਿੱਛੇ ਰਹਿ ਗਿਆ। ਸ਼ਰਮਾ ਜੀ, ਜਿਹੜੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਵਰਕਰ ਹੁੰਦੇ ਆ ਜਾਂ ਹੋਰ ਸਟਾਫ ਹੁੰਦਾ ਜਿਹੜੇ, ਉਹਨਾਂ ਦੇ ਵਾਅਦੇ ਆ ਉਹ ਉੱਥੇ ਰਹਿ ਜਾਂਦੇ ਆ ਜਦੋਂ ਚੰਡੀਗੜ੍ਹ ਪਹੁੰਚ ਜਾਂਦੇ ਆ। ਸ਼ਰਮਾ ਜੀ, ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਰੋਕ ਰਿਹਾ। ਸਮੱਸਿਆ ਇਹ ਆ ਕਿ ਮੁੱਦੇ ਤਾਂ ਭਾਵੇਂ ਹੁੰਦੇ ਆ, ਬਾਅਦ ਦੇ ਵਿੱਚ ਭੁੱਲ ਜਾਂਦੇ ਆ, ਸਾਨੂੰ ਇਹ ਗੱਲ ਪਤਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ 30-35 ਸਾਲ ਪਹਿਲਾਂ ਮੁੱਦੇ ਹੁੰਦੇ ਸੀ ਉਹ ਅੱਜ ਚੋਣਾਂ ਦੇ ਮੁੱਦੇ ਓਡੇ ਵੱਡੇ ਨਹੀਂ ਰਹੇ?
ਉਹ ਗੱਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਜੀ, ਉਹ ਗੱਲ ਇਹ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਤਾਂ ਇਸ ਚੀਜ਼ ਦਾ ਪਤਾ ਹੀ ਕੋਈ ਨੀਗਾ। ਦਰਅਸਲ ਜਦੋਂ ਪੰਜਾਬ ਹਿਮਾਚਲ ਹਰਿਆਣੇ ਦੀ ਵੰਡ ਹੋਈ ਹੈ ਨਾ, ਉਦੋਂ ਪੰਜਾਬ ਦੇ ਨਾਲ ਇਨਸਾਫ਼ ਨਹੀਂ ਹੋਇਆ ਕਿ ਜਿਸ ਪਾਸੋਂ ਕੈਂਚੀ ਚੱਲਦੀ ਹੈ ਕਿ ਕੱਪੜਾ ਕੱਪੜਾ ਤਾਂ ਥੱਲੇ ਪਿਆ, ਇੱਧਰ ਨੂੰ ਕੈਂਚੀ ਲੈ ਜਾਓ, ਉੱਧਰ ਨੂੰ ਕੈਂਚੀ ਲੈ ਜਾਓ, ਕੱਟਿਆ ਜਾਣਾ ਜੀ ਜੀ। ਇਹ ਉਹੀ ਹਾਲਤ ਉਸ ਟਾਈਮ ਪੰਜਾਬ ਦੀ ਹੋਈ ਆ ਜੀ। ਸ਼ੁਕਰੀਆ ਜੀ। ਜ਼ਿੰਮੇਵਾਰ ਕੌਣ ਹੈ? ਇਹ ਲੱਭਣਾ ਹੈਗਾ ਆਪਾਂ ਜੀ। ਬਾਕੀ ਜਿਹੜੇ ਲੀਡਰ ਜਿਹੜੀ ਸੌਂਹ ਖਾ ਕੇ ਜਾਂ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਮੁੱਦਿਆਂ ਦੇ ਨਾਲ ਗੌਰਮੈਂਟ 'ਚ ਪਹੁੰਚਦੇ ਆ, ਉਹਨਾਂ ਨੂੰ ਤਾਂ ਸਿਰਫ ਕੁਰਸੀ ਦੀ ਜ਼ਰੂਰਤ ਹੁੰਦੀ ਹੈ, ਮੁੱਦੇ ਦਾ ਕੋਈ ਮਤਲਬ ਨਹੀਂ ਜੀ। ਥੈਂਕ ਯੂ ਸ਼ਰਮਾ ਜੀ, ਮਿਹਰਬਾਨੀ ਫੋਨ ਕਰਨ ਲਈ, ਸ਼ੁਕਰੀਆ ਜੀ ਜੀ। ਗੱਲ ਇਹਨਾਂ ਦੀ ਬਿਲਕੁਲ ਠੀਕ ਆ ਜੀ ਕਿ ਉਹ ਮੁੱਦੇ ਜਿਹੜੇ ਆ ਭੁਲਾ ਦਿੱਤੇ ਜਾਂਦੇ ਆ ਜਾਂ ਭੁੱਲ ਗਏ ਆ। ਲੀਡਰ ਵਾਅਦੇ ਕਰਦੇ ਆ ਬਹੁਤ ਸਾਰੇ ਮੁੱਦੇ, ਚੋਣ ਮੈਨੀਫੈਸਟੋ ਦੇ ਵਿੱਚ ਆਉਂਦੇ ਆ, ਅੱਗੇ ਜਾ ਕੇ ਭੁੱਲ ਜਾਂਦੇ ਆ। ਪਰ ਅੱਜ ਸਵਾਲ ਥੋੜ੍ਹਾ ਜਿਹਾ ਵੱਖਰਾ ਕਿ ਉਹ ਮੁੱਦੇ ਸਾਡੇ ਕੋਲੋਂ ਕਿਉਂ ਭੁੱਲ ਗਏ? ਕੀ ਉਦੋਂ ਉਹ ਮੁੱਦੇ ਗਲਤ ਸੀ ਜਾਂ ਅੱਜ ਉਹਨਾਂ ਦੀ ਕੋਈ ਸਾਰਥਕਤਾ ਨਹੀਂ ਰਹੀ? ਅਗਲੇ ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਹਿੰਦੀ ਚੋ ਕਦ ਇਹਨਾਂ ਨੇ ਪੰਜਾਬੀ ਦਾ ਬੇੜਾ ਕਰਤਾ ਪੰਜਾਬ ਵਿਚ, ਇੰਗਲਿਸ਼ ਸਕੂਲਾਂ ਬੜਾਵੜੀ ਰਿਹਾ, ਇੰਗਲਿਸ਼ ਸਕੂਲਾਂ ਦੇ ਪੈਸੇ ਲੈ ਕੇ ਸਿੱਖਿਆ ਮੰਤਰੀ ਆ ਜਾਂ ਜੋ ਵੀ ਆ ਪੈਸੇ ਲੈ ਕੇ ਹਰ ਪਿੰਡ ਪਿੰਡ ਸਕੂਲ। ਔਰ ਮੈਂ ਤੁਹਾਨੂੰ ਦੱਸਦਾ, ਮੈਂ ਪਿਛਲੇ ਸਾਲ ਹਰ ਸਾਲ ਇੰਡੀਆ ਜਾਂਦਾ, ਉੱਥੇ ਮੁੰਡਾ ਇੱਕ ਚੰਡੀਗੜ੍ਹ ਪੜ੍ਹਦਾ, ਉਹਨੂੰ ਮੈਂ ਇੱਕ ਪੁੱਛਿਆ ਪੁੱਤ ਤੁਸੀਂ ਜਿੰਨੇ ਉੱਥੇ ਜਾਂਦੇ ਹੋ ਕਿੰਨੇ ਕੁ ਗ੍ਰੈਜੂਏਸ਼ਨ ਕਰਕੇ ਆਉਂਦੇ ਹੋ? ਤੇ ਹੱਸ ਪਿਆ, ਮੈਂ 20% ਕਹਿੰਦਾ ਇਹ ਵੀ ਜ਼ਿਆਦਾ ਆ। ਉੱਥੇ ਬਹੁਤਾ ਹੀ ਕਹਿੰਦੇ ਚੰਡੀਗੜ੍ਹ, ਚੰਡੀਗੜ੍ਹ ਦਾ ਬੇੜਾ ਗਰਕ ਕਰਤਾ ਲੋਕਾਂ ਦਾ, ਯੰਗ ਪਨੀਰੀ ਦਾ, ਉੱਥੋਂ ਲੋਕੀ ਪੈਸੇ ਪਿੱਛੇ ਨੂੰ ਭੇਜੀ ਜਾਂਦੇ ਆ, ਖਾਈ ਜਾਂਦੇ ਰਮਾਨਾ। ਕੋਈ ਚੱਕਰ ਨੀ, ਇਹ ਪੰਜਾਬੀ ਦਾ ਜਿਹੜਾ ਮੁੱਦਾ ਕਿਸੇ ਵੇਲੇ ਬਹੁਤ ਚੱਕਿਆ ਗਿਆ ਸੀ ਕਿ ਬਹੁਤ ਇਸ ਗੱਲ ਦਾ ਦੁੱਖ ਸੀ ਕਿ ਪੰਜਾਬ ਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਆ, ਉਹ ਮੁੱਦਾ ਅੱਜ ਮੁੱਦਾ ਹੀ ਕਿਉਂ ਨੀ ਪੰਜਾਬੀ ਦਾ ਰਹਿ ਗਿਆ ਜੀ? ਕੋਈ ਮੁੱਦਾ ਨੀ ਪੰਜਾਬੀ ਦਾ, ਤੁਸੀਂ ਹਿਸਾਬ ਲਓ, ਇਹੋ ਹੀ ਬਾਦਲ ਨੂੰ ਵੇਖ ਲਓ, ਇਹ ਹਿੰਦੀ ਚ, ਇਹਦਾ ਮੁੰਡਾ ਹਿੰਦੀ ਵਿੱਚ, ਇਹ ਕਈ ਪੰਜਾਬੀ ਅਸੀਂ ਆਪਣੇ ਬਾਹਰਲੇ ਲੋਕਾਂ ਨੂੰ ਕਹਿੰਦੇ ਹਾਂ ਭਾਈ ਤੁਸੀਂ ਪੰਜਾਬੀ ਪ੍ਰਫੁੱਲਤ ਕਰੋ, ਕਈ ਆਪੀ ਹਿੰਦੀ ਬੋਲਦੇ ਉੱਥੇ ਜੀ ਜੀ। ਇਹ ਵੱਡੀ ਸਮੱਸਿਆ, ਤੁਹਾਡੀ ਗੱਲ ਠੀਕ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ ਫੋਨ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ। ਜੀ ਸਵਾਗਤ ਹੈ ਜੀ, ਜੀ ਆਇਆਂ ਨੂੰ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਮੇਰਾ ਨਾਮ ਸਤਨਾਮ ਸਿੰਘ ਜੀ, ਮੈਂ ਬ੍ਰਹਮਪੁਰ ਤੋਂ ਬੋਲਦਾ ਜੀ। ਸਤਨਾਮ ਸਿੰਘ ਜੀ, ਤੇ ਜਿਹੜਾ ਪੰਜਾਬ ਨੂੰ ਸੈਂਟਰ ਦੇਣਾ ਕੁਛ ਨਹੀਂ, ਜੋ ਮਰਜ਼ੀ ਮੰਗ ਲਵੇ, ਅੱਜ ਪਾਣੀ ਲੋੜ ਸਾਨੂੰ ਆ, ਦਿੱਲੀ ਹਰਿਆਣੇ ਨੂੰ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ, ਤੇ ਨਾ ਸਾਨੂੰ ਚੰਡੀਗੜ੍ਹ ਦੇਣਾ ਕਿ ਨਾ ਦੇਣਾ ਇਲਾਕਾ ਪੰਜਾਬੀ ਬੋਲਦਾ ਜੀ, ਇਹ ਸਾਨੂੰ ਕਿਉਂ, ਤੁਸੀਂ ਸਾਨੂੰ ਭੁਲੇਖੇ ਚ ਪਾ ਰਹੇ, ਨਾ ਇਹ ਸਾਨੂੰ, ਨਾ ਇਹ ਪਾ ਰਿਹਾ ਅਕਾਲੀ, ਚਾਹੇ ਪਾਏ ਕਾਂਗਰਸੀ, ਚਾਹੇ ਸੈਂਟਰ ਦੀ ਗੌਰਮੈਂਟ ਕਾਂਗਰਸ ਹੋਵੇ, ਚਾਹੇ ਉਹ ਜਨਤਾ ਪਾਰਟੀ, ਪੰਜਾਬ ਨੂੰ ਕੁਛ ਨਹੀਂ ਮਿਲਣਾ, ਮੋਸਟਲੀ ਸਿੱਖਾਂ ਨੂੰ। ਇਹ ਤੁਹਾਡੀ ਗੱਲ ਨਾਲ ਅਸੀਂ ਕਰਦੇ ਸਿੱਖ ਪੰਜਾਬੀ, ਮੈਂ ਤੁਹਾਡੀ ਗੱਲ ਦਾ ਪਾਣੀ ਬੰਦ ਕੀਤਾ ਕਰਾਂਗੇ ਕੀ ਅਸੀਂ? ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਸਵਾਲ ਇਹ ਹੈ ਜੀ, ਅੱਜ ਇਹ ਮੁੱਦਾ ਅਗਲੀ ਪੀੜ੍ਹੀ ਨੂੰ ਪਤਾ ਕਿਉਂ ਨਹੀਂ ਹੈ ਵੀ ਇਹ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਜਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਚਾਹੀਦੀ? ਸਾਰਾ ਪਤਾ ਦੱਸਣਾ ਕਹਿੰਦੇ ਆ, ਕੁੱਤੀ ਚੋਰਾਂ ਲਾਈ ਹੋਈ ਆ ਜਿਹੜੀ ਪੰਜਾਬ ਦੀ ਗੌਰਮੈਂਟ, ਚਾਹੇ ਕਾਂਗਰਸ ਆ ਜਾਂ ਚਾਹੇ ਆ ਲੈ ਅਕਾਲੀ, ਉਹਨੂੰ ਸੈਂਟਰ ਵਿੱਚ ਉਹੀ ਜਾ ਕੇ ਬਹਿ ਜਾਣਾ, ਤੱਕੜੀ ਹੈਗੀ ਸੈਂਟਰ ਵਾਲਿਆਂ ਕੋਲ, ਤੇ ਸਾਡੇ ਪੱਲੇ ਕੀ ਆ ਹੁਣ, ਗੱਲਾਂ ਬਾਤਾਂ ਰਹਿ ਗਈਆਂ ਸਾਡੇ ਸਾਡੀਆਂ ਜੀ ਜੀ, ਤੁਸੀਂ ਸਾਡੇ ਆ ਕੇ ਪੜਾਕਾ ਬੁਲਾਉਂਦੇ ਬਾਹਰ ਬਾਹਰ ਲੋਕਾਂ ਨੂੰ ਵੀ, ਹੁਣ ਅਸੀਂ ਕੀ ਕਰ ਸਕਦੇ ਬੈਠੇ? ਬਿਲਕੁਲ ਬਿਲਕੁਲ, ਲੋਕਾਂ ਨੂੰ ਗੁੱਸਾ ਦਿਲਵਾ ਰਹੇ ਹਾਂ ਆਪਾਂ ਤਾਂ ਬੜਾ, ਹੋਰ ਪੰਜਾਬ ਦਾ ਸੱਤਿਆਨਾਸ਼ ਕਰਦਾ ਪੰਜਾਬ ਦਾ ਨੀ, ਰਾਖਿਆ ਵਾਲੇ ਸਿੰਘ ਦਾ ਸਾਨੂੰ ਬਣਾਦਾ ਰਾਖੇ ਚਲਾਉਣ ਵਾਲੇ ਜਿਹੜੇ ਜ਼ਮੀਨਾਂ ਦੇ ਮਾਲਕ ਸੇ ਜੀ। ਤੁਹਾਡੀ ਗੱਲ ਸਹੀ ਹੈ ਜੀ, ਇਹ ਹਾਲਤ ਬਿਲਕੁਲ ਹੀ ਇੱਥੇ ਤੱਕ ਪਹੁੰਚ ਚੁੱਕੀ ਹੈ। ਸ਼ੁਕਰੀਆ ਜੀ ਫੋਨ ਕਰਨ ਲਈ, ਮਿਹਰਬਾਨੀ ਜੀ। ਛੋਕਰਾ ਤੁਸੀਂ ਵੀ ਤਾਂ ਦੱਸਿਆ ਕਰੋ ਤੁਸੀਂ ਕੀ ਕਰਨਾ, ਸਾਨੂੰ ਪੁੱਛੀ ਜਾਣਾ,
ਨਹੀਂ ਮੈਂ ਦੱਸ ਰਿਹਾ ਜੀ, ਮਿਹਰਬਾਨੀ ਜੀ, ਥੈਂਕ ਯੂ। ਨਹੀਂ ਅਸੀਂ ਇਹੀ ਦੱਸ ਰਹੇ ਹਾਂ ਜੀ, ਅਸੀਂ ਸਿਰਫ ਇਹਨਾਂ ਵਿਸ਼ਿਆਂ ਬਾਰੇ ਚਿੰਤਾ ਕਰ ਰਹੇ ਹਾਂ। ਅਸੀਂ ਦੱਸ ਰਹੇ ਹਾਂ ਕਿ ਆਹ ਮੁੱਦੇ ਕਦੇ ਹੁੰਦੇ ਸੀ ਜਿਹੜੇ ਹੁਣ ਨਹੀਂ ਰਹੇ। ਅਸੀਂ ਸਿਰਫ ਆਪਣਾ ਰੋਲ ਕਰ ਸਕਦੇ ਹਾਂ, ਅਸੀਂ ਉਹਨਾਂ ਗੱਲਾਂ ਨੂੰ ਯਾਦ ਕਰਾ ਸਕਦੇ ਹਾਂ, ਕੋਈ ਗੁੱਸਾ ਥੋਣਾ ਜਾਂ ਉਸ ਕਿਸਮ ਦਾ ਮੰਤਵ ਨਹੀਂ ਹੁੰਦਾ। ਇੱਕ ਅਗਲੇ ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ, ਜੀ ਆਇਆਂ ਨੂੰ। ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਜਗੀਰ ਸਿੰਘ ਸੈਂਬੀ ਬੋਲ ਰਿਹਾਗਾ ਜੀ। ਉਹਦਾ ਜਿਹੜਾ ਤੁਸੀਂ ਮੁੱਦਾ ਕਹਿ ਰਹੇ ਵੀ ਕਿਉਂ ਨੀ ਹੁਣ ਆਪਣਾ ਚੰਡੀਗੜ੍ਹ ਵਾਸਤੇ ਕਿਉਂ ਨੀ ਕਹਿ ਰਹੇ, ਅਪਣੇ ਵਾਸਤੇ ਕਿਉਂ ਨੀ ਕਹਿ ਰਹੇ, ਉਹਦਾ ਇਸ ਵਾਸਤੇ ਹੈ ਕਿਉਂਕਿ ਉਹ ਤਾਂ ਪਿੱਛੇ ਰਹਿ ਗਏ। ਜਿਹੜੀ ਅੱਗੇ ਦੀ ਸਮੱਸਿਆ ਹੈ ਗੌਰਮੈਂਟ ਨੂੰ ਚਲਾਉਣ ਦੀ, ਉਹ ਸਭ ਤੋਂ ਬੜੀ ਸਮੱਸਿਆ ਕਰਪਸ਼ਨ, ਸਭ ਤੋਂ ਬੜੀ ਕਰਪਸ਼ਨ ਬੜੀ ਹੋਈ ਹੈ। ਤੇ ਇਹ ਤਾਂ ਉੱਨਤੀ ਕਿੱਥੇ ਕਰਨੀ ਸੀ ਪੰਜਾਬ ਨੇ? ਉਦੋਂ ਫਿਰ ਨਸ਼ੇ ਨਾਲ ਸਾਰਾ ਸੰਸਾਰ ਜਾਂ ਯੰਗ ਬਲੱਡ ਮਾਰਤਾ ਹੈਗਾ। ਇਹ ਜਿਹੜਾ ਨਸ਼ਾ ਜਾਂ ਕਰਪਸ਼ਨ ਖਤਮ ਹੋਣੀ ਹੈ, ਤਾਂ ਹੀ ਤੁਸੀਂ ਹੁਣ ਸੋਚੋ ਉਹਨਾਂ ਜੀ ਬਾਰੇ ਸੋਚੋਗੇ, ਇਹ ਤਾਂ ਜੜ ਤਾਂ ਖਤਮ ਕਰ ਰਹੇ ਨੇ ਜੀ। ਮੇਰੇ ਹਿਸਾਬ ਨਾਲ ਤਾਂ ਇਹੀ ਹੈਗਾ, ਇਸੇ ਕਰਕੇ ਆ ਕਿ ਪੰਜਾਬੀ ਸਪੀਕਿੰਗ ਦਾ ਚਾਹੀਦਾ। ਤੇ ਪੰਜਾਬੀ ਸਪੀਕਿੰਗ ਤੋਂ ਇਲਾਵਾ ਜੇ ਅਸੀਂ ਏਰੀਏ ਲੈ ਵੀ ਲਓਗੇ ਤਾਂ ਕੀ ਹੋਏਗਾ? ਕੀ ਕੁਛ ਨੀ ਹੋਣ ਲੱਗਿਆ, ਆਂਡੇ ਆਣ ਲੈ। ਜੇ ਤੁਸੀਂ ਉਹੀ ਜਿੰਨਾ ਤੁਹਾਡੇ ਕੋਲ ਆਲਰੇਡੀ ਪੰਜਾਬ ਹੈਗਾ ਨੋਟੀਫਾਈਡ ਹੈਗਾ, ਉਸੇ ਨੂੰ ਤੁਸੀਂ ਪ੍ਰੋਪਰ ਢੰਗ ਦੇ ਨਾਲ ਚਲਾਓ, ਕਰਪਸ਼ਨ ਫ੍ਰੀ ਹੋਵੇ, ਹਰ ਇੱਕ ਸਹੂਲੀਅਤ ਹੋਵੇ, ਤਾਂ ਲੋਕ ਉੱਥੇ ਰਹਿਣਗੇ, ਨਸ਼ਾ ਨਾ ਹੋਵੇ ਜੀ। ਜੀ ਜੀ ਮਿਹਰਬਾਨੀ ਜੀ, ਮੁੱਦੇ ਚਾਹੀਦੇ ਸੀਗੇ, ਪਰ ਉਹ ਮੁੱਦੇ ਤੋਂ ਇਲਾਵਾ ਆਹ ਚੀਜ਼ਾਂ ਜਿਹੜੀਆਂ ਕਰਨੀਆਂ ਬਹੁਤ ਜ਼ਰੂਰੀ ਨੇ, ਜਿਹਦੇ ਨਾਲ ਜ਼ਿੰਦਗੀ ਲੋਕਾਂ ਦੀ। ਇੱਕ ਛੋਟਾ ਜਿਹਾ ਸਵਾਲ ਜੀ, ਕੀ ਉਹ ਮੁੱਦੇ, ਇਹਦਾ ਮਤਲਬ ਹੁਣ ਸਮੱਸਿਆਵਾਂ ਜ਼ਿਆਦਾ ਵੱਡੀਆਂ ਹੋ ਗਈਆਂ, ਮੁੱਦੇ ਪਿੱਛੇ ਰਹਿ ਗਏ ਕਿਤੇ? ਬਿਲਕੁਲ, ਉਹ ਮੁੱਦਾ ਤਾਂ ਮਤਲਬ ਇਹ ਹੈ ਕਿ ਜੋ ਅੱਜ ਦੀ ਤਰੀਕ ਦੇ ਚਾਹੀਦਾ ਹੈ ਜੀ, ਸਾਨੂੰ ਮੇਨ ਚੀਜ਼ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਨੌਜਵਾਨ ਪੀੜ੍ਹੀ ਅੱਛੇ ਢੰਗ ਨਾਲ ਉੱਥੇ ਰਹਿ ਸਕੀਏ। ਜੇ ਕਰਪਸ਼ਨ ਫ੍ਰੀ ਗਵਰਨਮੈਂਟ ਹੋਏਗੀ ਉੱਥੇ, ਸਾਰੇ ਕੰਮ ਪ੍ਰੋਪਰ ਹੋਣਗੇ, ਤਾਂ ਉਹ ਆਪਣਾ ਉੱਥੇ ਰਹਿਣ ਦਾ ਢੰਗ ਹੋਏਗਾ ਨਾ ਜੀ। ਜੀ ਬਿਲਕੁਲ ਠੀਕ ਗੱਲ, ਜੇ ਨਸ਼ੇ ਵਿਕਣਗੇ ਤੇ ਉੱਥੇ ਉੱਥੇ ਰਹੇਗਾ ਕੌਣ? ਯੰਗ ਬੱਚੇ ਕਿੱਥੋਂ? ਜੀ ਜੀ ਬਿਲਕੁਲ ਠੀਕ ਗੱਲ, ਥੈਂਕ ਯੂ ਜੀ। ਪੰਜਾਬੀ ਸਪੀਕਿੰਗ ਨੂੰ ਕਲਾ ਕੀ ਕਰੋਗੇ ਜੀ? ਜੀ ਠੀਕ ਗੱਲ ਆ। ਸੋ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਉਹ ਚੰਡੀ, ਦੇਖੋ ਇਹ ਦੋਵੇਂ ਆਈਡੀਆਲੋਜੀ ਆ ਜਿਹੜੀਆਂ ਮੈਂ ਪਹਿਲਾਂ ਗੱਲ ਸਾਂਝੀ ਕੀਤੀ ਹੈ ਤੁਹਾਡੇ ਨਾਲ, ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜਾਂ ਸਾਰੇ ਪੰਜਾਬ ਨੂੰ ਵੀ ਇੱਦਾਂ ਦਾ ਬਣਾ ਦਈਏ ਕਿ ਚੰਡੀਗੜ੍ਹ ਤੋਂ ਵਧੀਆ ਬਣ ਜਾਏ? ਜਿਸ ਦੇ ਨਾਲ ਤਾਂ ਕੀ ਫਰਕ ਪੈਣਾ, ਚੰਡੀਗੜ੍ਹ ਨਹੀਂ ਮਿਲੂਗਾ ਤਾਂ ਹੋਰ ਜਗ੍ਹਾ ਚੰਡੀਗੜ੍ਹ ਬਣ ਜਾਊਗਾ, ਉਹਦੀ ਦਿੱਕਤ ਨਹੀਂ ਹੈ। ਦਿੱਕਤ ਇਹ ਹੈਗੀ ਕਿ ਜਿਹੜੀ ਗਵਰਨਮੈਂਟ ਹੈ ਉਹ ਪ੍ਰੋਪਰ ਚੱਲਣੀ ਚਾਹੀਦੀ ਹੈ, ਕਰਪਸ਼ਨ ਫ੍ਰੀ, ਜਿਵੇਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਰਾਜ ਕਰਦੇ ਨੇ ਲੋਕ, ਉਹਨੂੰ ਕੀ ਦਿੱਕਤ ਨਹੀਂ, ਕਿਉਂ ਆਉਂਦੇ ਨੇ ਲੋਕ ਕੈਨੇਡਾ ਜਾਂ ਅਮਰੀਕਾ ਵਿੱਚ? ਬਿਲਕੁਲ ਸਿਸਟਮ ਲਈ, ਉਹਦਾ ਕਾਰਨ ਹੈ ਨਾ ਕਿ ਵੀ ਉਹ ਉੱਥੇ ਉਹ ਜਿਹੜੀ ਗਵਰਨਮੈਂਟ ਬਿਹਤਰ ਹੈ ਔਰ ਲੋਕਾਂ ਨੂੰ ਸਾਰੀ ਸਹੂਲਤ ਹੈ, ਕੋਈ ਕਰਪਸ਼ਨ ਨਹੀਂ ਹੈ ਜੀ। ਜੀ ਥੈਂਕ ਯੂ ਜੀ, ਸ਼ੁਕਰੀਆ। ਬਿਲਕੁਲ ਐਸੇ ਮੁੱਦੇ 'ਤੇ ਅਸੀਂ ਆ ਰਹੇ ਹਾਂ ਕਿ ਕੀ ਉਹਨਾਂ ਉਹ ਸਮੱਸਿਆਵਾਂ ਸੀ ਸਾਡੀਆਂ ਬਹੁਤ ਵੱਡੀਆਂ, ਕੀ ਉਹਨਾਂ ਤੋਂ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਸਾਡੇ ਕੋਲ ਕਿ ਉਹ ਮਹੱਤਵਪੂਰਨ ਹੋ ਗਈਆਂ ਸਾਰੀਆਂ ਚੀਜ਼ਾਂ, ਜਾਂ ਉਦੋਂ ਹੀ ਉਹ ਗਲਤ ਸੀ, ਉਹਦਾ ਕੋਈ ਮਤਲਬ ਨਹੀਂ ਸੀ ਕਿ ਸਾਨੂੰ ਚੰਡੀਗੜ੍ਹ ਮੰਗਣਾ ਚਾਹੀਦਾ, ਸਾਨੂੰ ਆਪਣਾ ਪੰਜਾਬ ਹੀ ਇੰਨਾ ਸੋਹਣਾ ਬਣਾ ਲੈਣਾ ਚਾਹੀਦਾ ਸੀ ਕਿ ਚੰਡੀਗੜ੍ਹ ਤੋਂ ਵਧੀਆ ਹੋਵੇ ਜੀ। ਸਵਾਗਤ ਹੈ ਜੀ, ਜੀ ਆਇਆਂ ਨੂੰ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਜਗਤਾਰ ਸਿੰਘ ਬੋਲਦਾ ਨਿਊਯਾਰਕ ਤੋਂ ਜੀ। ਜੀ ਜਗਤਾਰ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਮੈਂ ਸੁਣਦਾ ਸੀ ਤੁਹਾਡਾ। ਇਹ ਭਾਜੀ ਜਿਹੜੇ ਮੁੱਦੇ ਆ ਨਾ ਕਿ ਪੰਜਾਬੀ ਬੋਲਦੇ ਜਿਹੜੇ ਅਸੀਂ ਜਗ੍ਹਾ ਲੈਣੀ ਹੈਗੀ ਆ, ਇਹ ਸਾਰੇ ਪੋਲੀਟੀਕਲ ਸਟੰਟ ਆ ਜੀ। ਦੇਖੋ ਮੈਂ ਮੈਨੂੰ ਅਜੇ ਯਾਦ ਆ ਜਦੋਂ ਛੋਟੇ ਛੋਟੇ ਹੁੰਦੇ ਸੀ ਜਦੋਂ ਪੰਜਾਬੀ ਸੂਬਾ ਲਿਆ ਇਹਨਾਂ ਨੇ। ਬਿਲਕੁਲ ਠੀਕ ਹੈ ਜੀ, ਇਹਨਾਂ ਨੇ ਆਪ ਹੀ ਛੋਟਾ ਕਰ ਲਿਆ ਉਸ ਚੀਜ਼ ਨੂੰ। ਉਦੋਂ ਮੈਨੂੰ ਇਹ ਵੀ ਯਾਦ ਆ ਕਿ ਬਜ਼ੁਰਗ ਦੱਸ ਦਿੰਦੇ ਵੀ ਪ੍ਰਤਾਪ ਸਿੰਘ ਕੈਰੋ ਨੇ ਕਿਹਾ ਕਿ ਮੈਂ ਮਹਾਂ ਪੰਜਾਬ ਬਣਾਉਣ ਨੂੰ ਫਿਰਦਾ ਤੇ ਤੁਸੀਂ ਇਹਨੂੰ ਹੋਰ ਛੋਟਾ ਕਰੀ ਜਾਂਦੇ ਆ, ਤੁਸੀਂ ਹੋਰ ਛੋਟਾ ਕਰੀ ਜਾਂਦੇ ਜੀ, ਰਾਈਟ? ਬਿਲਕੁਲ। ਸੋ ਇਹ ਸਿਰਫ ਇੱਕ ਪੋਲੀਟੀਕਲ ਸਟੰਟ ਹੈ ਇਹਨਾਂ ਦਾ, ਇਹਨਾਂ ਨੇ ਕੁਝ ਨੀ ਲੈ ਕੇ ਦੇਣਾ। ਇੱਕ
ਇਲੈਕਸ਼ਨ ਦੇ ਟਾਈਮ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਇੱਕ ਰੌਲਾ ਪਾ ਕੇ ਜਿਵੇਂ ਵੋਟਾਂ ਲੈਣ ਵਾਲੀ ਗੱਲ ਆ ਜੀ। ਜੇ ਇਹ ਜਿਹੜੇ ਇਲਾਕੇ ਆ ਪੰਜਾਬ ਤੋਂ ਬਾਹਰ ਰਹਿ ਜਾਂਦੇ ਆ, ਕੀ ਇਹਦੇ ਨਾਲ ਕੋਈ ਫਰਕ ਪੈਂਦਾ ਪੰਜਾਬ ਨੂੰ ਜਾਂ ਨਹੀਂ ਪੈਂਦਾ, ਜਾਂ ਸਿਰਫ ਇੱਕ ਇਲੈਕਸ਼ਨ ਦੇ ਮੁੱਦੇ ਹੀ ਆ, ਹੋਰ ਕੁਛ ਵੀ ਨਹੀਂ ਸੀ ਇਹ ਗੱਲ? ਇੰਨੇ ਫਰਕ ਤੇ ਚਲੋ ਹੁਣ ਜਿਹੜੀਆਂ ਸਟੇਟਾਂ ਦੇ ਵਿੱਚ ਆ ਗਏ ਭਾਈ, ਉਹ ਤਾਂ ਤੁਸੀਂ ਕਿਵੇਂ ਉਹ ਕਹਿ ਸਕਦੇ ਕਿ ਸਾਨੂੰ ਦੇ ਦਿਓ, ਜਾਂ ਉਹ ਜਿਵੇਂ ਅੱਗੇ ਵੀ ਤੁਹਾਡੇ ਹਰਿਆਣੇ ਨਾਲ ਚੱਲਦੀ ਆ, ਉਹ ਕਦੇ ਕਹਿੰਦੇ ਅੱਛਾ ਇੱਧਰੋਂ ਦੇ ਦਿਓ, ਅਸੀਂ ਚੰਡੀਗੜ੍ਹ ਸਾਨੂੰ ਦੇ ਦਿਓ, ਇਹ ਸਾਰਾ ਕੁਛ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਕਰਨਾ, ਇਹਦਾ ਮੇਰਾ ਖਿਆਲ ਕਿ ਕੁਛ ਫਾਇਦਾ ਨਹੀਂ। ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਤੇ ਜੇ ਵਧੀਆ ਕੀਤਾ ਜਾਵੇ ਤਾਂ ਮੇਰਾ ਖਿਆਲ ਉਹ ਚ ਪੰਜਾਬ ਖੁਸ਼ਹਾਲ ਹੋ ਸਕਦਾ। ਜੀ ਜੀ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ, ਜੀ ਆਇਆਂ ਨੂੰ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਸਤਵੰਤ ਕੌਰ ਬੋਲ ਰਹੀ ਹਾਂ। ਐਕਚੁਲੀ ਮੈਂ ਪਹਿਲੀ ਵਾਰੀ ਫੋਨ ਲਾਇਆ ਤੇ ਮੈਂ ਕੰਫਿਊਜ਼ ਹੋ ਗਈ ਸੀਗੀ, ਮੇਰੇ ਫੋਨ ਲੱਗਾ ਕਿ ਨਹੀਂ ਲੱਗਾ, ਖਜ਼ਰ ਟੀਵੀ ਦੇਖ ਰਹੀ ਸੀ। ਤੁਸੀਂ ਔਨ ਏਅਰ ਹੋ ਜੀ, ਗੱਲ ਕਰ ਸਕਦੇ ਹੋ। ਹਾਂਜੀ ਹਾਂਜੀ, ਤੇ ਮੈਂ ਆਹ ਕਹਿਣਾ ਚਾਹੁੰਦੀ ਹਾਂ ਕਿ ਆਬਵੀਅਸਲੀ ਅੱਜ ਕੱਲ੍ਹ ਤੇ ਯੂਥ ਵੀ ਬਹੁਤ ਜ਼ਿਆਦਾ ਇਨਵੋਲਵ ਦੇ ਪੋਲੀਟਿਕਸ ਵਿੱਚ, ਤੇ ਪੋਲੀਟਿਕਸ ਦਾ ਜਿਹੜਾ ਇੱਕ ਮੁੱਦਾ ਹੈ, ਜਿਹੜੇ ਇਲੈਕਸ਼ਨ ਦੇ ਮੁੱਦੇ ਹੁੰਦੇ ਨੇ ਉਹ ਹਰ ਇੱਕ ਇਲੈਕਸ਼ਨ ਵਿੱਚ ਹੁੰਦੇ ਨੇ, ਵੈਦਰ ਕੋਈ ਆਪਣੇ ਤਰੀਕੇ ਨਾਲ ਪੇਸ਼ ਕਰਦਾ, ਕੋਈ ਆਪਣੇ ਤਰੀਕੇ ਨਾਲ ਪੇਸ਼ ਕਰਦਾ, ਉਹ ਉਸ ਚੀਜ਼ ਤੇ ਟਿਕਦੇ ਆ ਜਾਂ ਨਹੀਂ ਟਿਕਦੇ ਉਹ ਬਾਅਦ ਦੀ ਗੱਲ ਹੈ, ਪਰ ਇਸ ਵਕਤ ਇੰਡੀਆ ਵਿੱਚ, ਪੰਜਾਬ ਵਿੱਚ ਇੱਕ ਚੇਂਜ ਦੀ ਜ਼ਰੂਰਤ ਹੈ। ਜਿਹੜੀ ਸਰਕਾਰ ਇੰਨੇ ਸਾਲਾਂ ਤੋਂ ਚੱਲ ਰਹੀ ਹੈ, ਆਪਾਂ ਸਾਰੇ ਦੇਖ ਰਹੇ ਹਾਂ ਉਹ ਕੀ ਕਰ ਰਹੀ ਹੈ, ਇੰਡੀਆ ਵਿੱਚ ਕੀ ਕਰ ਰਹੀ ਹੈ, ਪੰਜਾਬ ਦਾ ਅੱਜ ਕੀ ਹਾਲ ਹੈ, ਤੇ ਜੇ ਇੱਕ ਚੇਂਜ ਮਿਲੇਗਾ ਵੈਦਰ ਕੋਈ ਹੋਰ ਪਾਰਟੀ ਨੂੰ ਆਪਾਂ ਚੂਜ਼ ਕਰਦੇ ਹਾਂ, ਤੇ ਆਈ ਥਿੰਕ ਉਹ ਬੈਨੀਫਿਟ ਰਹੇਗਾ ਸਾਰਿਆਂ ਵਾਸਤੇ। ਇੰਨਾ ਨਸ਼ਾ ਹੋ ਗਿਆ ਪੰਜਾਬ, ਤੁਹਾਡੀ ਗੱਲ ਠੀਕ ਹੈ ਜੀ। ਕੀ ਤੁਹਾਨੂੰ ਲੱਗਦਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਇਲੈਕਸ਼ਨਸ ਦੇ ਵਿੱਚ ਉਹ ਬਦਲ ਗਏ ਆ, ਪਹਿਲਾਂ ਹੋਰ ਹੁੰਦੇ ਸੀ, ਅੱਜ ਕੱਲ ਕੁਛ ਹੋਰ ਨੇ, ਇਦਾਂ ਦਾ ਕੁਛ ਲੱਗ ਰਿਹਾ ਤੁਹਾਨੂੰ? ਮੁੱਦਿਆਂ ਵਿੱਚ ਥੋੜਾ ਬਹੁਤ ਜ਼ਰੂਰ ਫਰਕ ਹੈ, ਬਿਕਾਜ਼ ਇਟ ਵਾਸ ਜਸਟ ਦੈਟ ਕਿ ਉਹ ਬਿਲਕੁਲ ਆਪਣੇ ਤਰੀਕੇ ਨਾਲ ਚੱਲ ਰਹੀ ਸੀ, ਅੱਜ ਕੱਲ ਥੋੜਾ ਜਿਹਾ ਡਿਫਰੈਂਸ ਹੈ ਫਰੋਮ ਦ ਪਾਰਟੀ। ਅੱਜ ਕੱਲ ਜਿੱਦਾਂ ਕਿ ਆਈ ਥਿੰਕ ਯੰਗ ਜਨਰੇਸ਼ਨ ਨੂੰ ਥੋੜਾ ਜਿਹਾ ਪ੍ਰੋਤਸਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਨਵੀਂ ਪਾਰਟੀ, ਜਿਹੜਾ ਕਿ ਵਿਦ ਬਾਦਲ ਗਵਰਨਮੈਂਟ ਇਟ ਹੈਜ਼ ਨਟ ਬੀਨ ਲਾਈਕ ਦੈਟ, ਸੋ ਆਈ ਥਿੰਕ ਪੀਪਲ ਨੀਡ ਟੂ ਵੋਟ ਅਕੋਰਡਿੰਗਲੀ ਕਿ ਉਹ ਕਰ ਸਕਣ ਲੋਕੀ ਜੋ ਚੇਂਜ ਚਾਹੀਦਾ ਪੰਜਾਬ ਵਿੱਚ ਇਸ ਵਕਤ, ਉਹ ਪੰਜਾਬ ਵਿੱਚ ਸਿਰਫ ਚੇਂਜ ਇੱਕ ਨਵੀਂ ਪਾਰਟੀ ਨਾਲ ਹੀ ਆ ਸਕਦਾ ਹੈ, ਜੇ ਆਪਾਂ ਸੇਮ ਪਾਰਟੀ ਨੂੰ ਕਰਾਂਗੇ ਇਟਸ ਨਾਟ ਪੋਸੀਬਲ ਦੈਟ ਵੀ ਕੈਨ ਹੈਵ ਦੈਟ ਚੇਂਜ। ਜੀ ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਮੁੱਦਾ ਦੋਸਤੋ ਬੜਾ ਗੰਭੀਰ ਹੈ, ਜੇ ਥੋੜ੍ਹਾ ਜਿਹਾ ਨੂੰ ਗੰਭੀਰਤਾ ਨਾਲ ਆਪਾਂ ਸੋਚਦੇ ਹਾਂ ਨਾ ਕਿ 1966 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਵਿਧਾਨ ਸਭਾ ਦੀਆਂ ਇਲੈਕਸ਼ਨ ਹੋਈਆਂ, ਕਿੰਨੇ ਮੁੱਖ ਮੰਤਰੀ ਆਏ ਆ, ਉਹ ਮੁੱਦੇ ਜਿਹੜੇ ਸੀਗੇ ਜਿਹੜੇ ਮੰਨੇ ਜਾਂਦੇ ਸੀ ਕਿਤੇ ਨਾ ਕਿਤੇ ਕਿ ਇਹ ਸਾਡੇ ਮੁੱਢਲੇ ਮੁੱਦੇ ਆ, ਜੇਕਰ ਇਹ ਸਮੱਸਿਆਵਾਂ ਹੱਲ ਹੋ ਗਈਆਂ ਤਾਂ ਪੰਜਾਬ ਤਰੱਕੀ ਕਰ ਸਕਦਾ। ਅੱਜ ਭ੍ਰਿਸ਼ਟਾਚਾਰ, ਨਸ਼ੇ ਜਾਂ ਲੋਕਾਂ ਨੂੰ ਸਿਰਫ ਸਸਤਾ ਜਾਂ ਆਟਾ ਦਾਲ ਦੇ ਕੇ ਕੀ ਪੰਜਾਬ ਦਾ ਪੱਧਰ ਇਹ ਆ ਗਿਆ ਕਿ ਉਹ ਸਾਰੇ ਮੁੱਦਿਆਂ ਤੋਂ ਹਟ ਕੇ ਇਲੈਕਸ਼ਨ ਇਸੇ ਗੱਲ 'ਤੇ ਕਿਹਾ ਜਾਂਦਾ ਕਿ ਸਾਈਕਲ ਫ੍ਰੀ ਦਿੱਤੇ ਜਾਂਦੇ ਆ, ਕੀ ਪੰਜਾਬ ਇੰਨਾ ਹੀ ਥੱਲੇ ਡਿੱਗ ਪਿਆ? ਕੀ ਉਹ ਮੁੱਦੇ ਉਦੋਂ ਗਲਤ ਸੀ ਜਿੱਦਾਂ ਬਹੁਤ ਸਾਰੇ ਸਾਡੇ ਕਾਲਰਸ ਨੇ ਕਿਹਾ ਕਿ ਉਹ ਬਾਹਰ ਰਹਿ ਗਏ, ਰਹਿਣ ਦਿਓ ਪੰਜਾਬੀ ਜਿਹੜੇ ਇਲਾਕੇ ਸੀਗੇ, ਇਹਨੂੰ ਹੀ ਸੋਹਣਾ ਬਣਾ ਲਓ, ਇਹ ਮੁੱਦੇ ਉਦੋਂ ਗਲਤ ਸੀ ਜਾਂ ਅੱਜ ਸਾਨੂੰ ਉਹ ਭੁੱਲ ਗਏ ਆ? ਇਹ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਇੱਕ ਕਮਰਸ਼ੀਅਲ ਬ੍ਰੇਕ, ਉਹਦੇ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਇਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਵਾਗਤ ਜੀ। US ਦੇ ਵਿੱਚ ਗਲੋਬਲ ਪੰਜਾਬ 'ਤੇ ਅਤੇ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ 'ਤੇ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ। ਅਸੀਂ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਅਤੇ ਸਟੂਡੀਓ ਦਾ ਫੋਨ ਨੰਬਰ 1-888-923-2656 1-888-923-2656। ਵਿਸ਼ਾ ਇੱਕ ਅਸੀਂ ਬੜਾ ਗੰਭੀਰ ਲਿਆ, ਉਹਦੇ ਉੱਤੇ ਬੜੀਆਂ ਵੱਖ ਵੱਖ ਰਾਵਾਂ ਆ ਰਹੀਆਂ ਕਿ ਬਹੁਤ ਸਾਰੇ ਮੁੱਦੇ ਜਿਹੜੇ ਕਿਸੇ ਵੇਲੇ
ਇਲੈਕਸ਼ਨ ਦਾ ਮੁੱਦਾ ਹੁੰਦਾ ਸੀ ਪੰਜਾਬ ਦਾ, ਜਾਂ ਇਲੈਕਸ਼ਨ ਦਾ ਵੀ ਨਹੀਂ, ਵੈਸੇ ਵੀ ਲੋਕਾਂ ਦੇ ਵਿੱਚ ਬਹੁਤ ਕੁਛ ਲਹਿਰ ਚੱਲੀ ਆ, ਧਰਮ ਯੁੱਧ ਮੋਰਚਾ ਲੱਗਿਆ, ਬੜਾ ਕੁਛ ਹੋਇਆ ਸੀ ਇਹਨਾਂ ਮੁੱਦਿਆਂ ਦੇ ਉੱਤੇ, ਉਹ ਮੁੱਦੇ ਅੱਜ ਕਿਤੇ ਦਿਖ ਨਹੀਂ ਰਹੇ। ਦੇਖੋ ਕਿੰਨੀ ਕਮਾਲ ਦੀ ਗੱਲ ਆ ਕਿ ਅਸੀਂ ਗੱਲ ਕੀਤੀ ਚੰਡੀਗੜ੍ਹ ਦੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ, ਸਾਡੇ ਦੋ ਕਾਲਰ ਨੇ ਇਹ ਗੱਲ ਕਹੀ ਆ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਜਾਂ ਨਹੀਂ ਮਿਲਦਾ ਬਾਅਦ ਦੀ ਗੱਲ ਆ, ਘੱਟੋ ਘੱਟ ਜਿਹੜਾ ਸਾਡੇ ਕੋਲ ਜਿੰਨਾ ਕੁ ਪੰਜਾਬ ਮਿਲ ਗਿਆ ਉਹਨੂੰ ਠੀਕ ਠਾਕ ਰੱਖੀਏ। ਇਹ ਕਿਤੇ ਇਸ ਗੱਲ ਵੱਲ ਇਸ਼ਾਰਾ ਤਾਂ ਨਹੀਂ ਵੀ ਉਹ ਮੰਗ ਹੀ ਗਲਤ ਸੀ, ਜੇ ਜਿਹੜੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਉਹ ਰਹਿ ਗਏ ਕਿਸੇ ਵੇਲੇ, ਜਦੋਂ ਇਹ ਸਾਰਾ ਕਿੱਡਾ ਵੱਡਾ ਏਰੀਆ ਪੰਜਾਬ ਤੋਂ ਬਾਹਰ ਰਹਿ ਗਿਆ, ਤੁਸੀਂ ਜਾਣਦੇ ਹੋ ਕਿ ਉਹ ਸਾਨੂੰ ਮਿਲਣਾ ਚਾਹੀਦਾ ਸੀ, ਕਿ ਉਹ ਮੰਗਾਂ ਗਲਤ ਸੀ। ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ, ਕਾਲਰ ਸਾਡੇ ਨਾਲ ਨੇ, ਬਹੁਤ ਸਾਰੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਸਵਾਗਤ ਹੈ ਜੀ, ਜੀ ਆਇਆਂ ਨੂੰ, ਕੌਣ ਬੋਲ ਰਹੇ ਹੋ ਤੇ ਕਿੱਥੇ ਬੋਲ ਰਹੇ ਹੋ ਜੀ? ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਮੈਂ ਤੇਜਪ੍ਰੀਤ ਕੌਰ ਬੋਲ ਰਹੀ ਸੀਗੀ ਮਿਸ਼ੀਗਨ ਤੋਂ। ਜੀ ਤੇਜਪ੍ਰੀਤ ਜੀ, ਅੰਕਲ ਜੀ ਮੈਂ ਇਹ ਗੱਲ ਕਹਿਣੀ ਸੀਗੀ, ਤੁਸੀਂ ਆ ਮੁੱਦਾ ਲੈ ਕੇ ਆਏ ਸੀਗੇ ਵੀ ਇੱਕ ਤਾਂ 2017 ਚ ਇਲੈਕਸ਼ਨ ਚ ਕਿਹੜੇ ਟੋਪਿਕ ਹੋਣੇ ਚਾਹੀਦੇ ਸੀ, ਤੇ ਇੱਕ ਤੁਸੀਂ ਕਿਹਾ ਸੀਗਾ ਵੀ ਪੰਜਾਬੀ ਬੈਨ ਹੋ ਰਹੀ ਹੈ। ਇੰਟਰਸਟਿੰਗ ਫੈਕਟ ਦਾ, ਮੈਂ ਬਰੂਸਾ ਪੜ੍ਹਦੀ ਹੁੰਦੀ ਸੀਗੀ, ਸਾਲ ਉੱਥੇ ਲਗਾ ਕੇ ਆਈ ਸੀ, ਉੱਥੇ ਸਾਨੂੰ ਕਹਿੰਦੇ ਸੀਗੇ ਦੇ ਟੋਲਡ ਦਿਸ ਇਜ਼ ਅ ਇੰਗਲਿਸ਼ ਮੀਡੀਅਮ ਸਕੂਲ, ਡੋਂਟ ਸਪੀਕ ਪੰਜਾਬੀ। ਠੀਕ ਹੈ, ਮੈਂ ਅਮੈਰੀਕਾ ਤੋਂ ਉੱਥੇ ਗਈ ਸੀ, ਕਿਉਂ ਵਾਈ ਡਿਡ ਆਈ ਗੋ ਦੇਅਰ ਟੂ ਲਰਨ ਪੰਜਾਬੀ ਗੁਰਮੁਖੀ, ਤੇ ਉੱਥੇ ਸਾਨੂੰ ਕਹਿ ਰਿਹਾ ਪੰਜਾਬੀ ਨਹੀਂ ਬੋਲਣੀ, ਪੰਜਾਬੀ ਨਹੀਂ ਬੋਲਣੀ ਹੈਗੀ। ਤੇ ਜੇ ਅਸੀਂ ਮੋਸਟਲੀ ਤੇ ਐਨਾਲਾਈਜ਼ ਬੱਚੇ ਹੁੰਦੇ ਕਿਉਂ ਆਉਂਦੇ ਹਾਂ ਵੀ ਅਸੀਂ ਕੁਛ ਸਿੱਖੀ ਸਿਖਾਉਂਗੇ, ਸਿੱਖੀ ਵਾਲੀ ਸਿਖਾਉਂਗੇ, ਤੇ ਸਿੱਖੀ ਦੇ ਵਿੱਚ ਪੰਜਾਬੀ ਆ ਜਾਂਦੀ ਹੈ ਬਿਲਕੁਲ, ਤੇ ਅਸੀਂ ਉੱਥੇ ਜਾਈਏ ਜੋ ਸਿੱਖਣ ਵਾਸਤੇ ਜਾਈਏ ਸਾਨੂੰ ਸਿੱਖਣ ਨੂੰ ਨਾ ਮਿਲੇ, ਇਹ ਸਾਰਾ ਫਾਇਦਾ ਕਿ ਉੱਥੇ ਜਾਣੇ ਦਾ, ਕਿਉਂਕਿ ਮੈਨੂੰ ਉੱਥੇ ਕੁਛ ਪੰਜਾਬੀ ਨਹੀਂ ਸਿੱਖਣ ਨੂੰ ਮਿਲੀ। ਮੈਂ ਇੱਥੇ ਵਾਪਸ ਆਈ, ਇੱਥੇ ਪੰਜਾਬੀ ਸਕੂਲ ਪੜ੍ਹਦੇ ਮਾਂ ਹੁਣ ਪੰਜਾਬੀ ਸਿੱਖਦੇ ਆ। ਜੀ ਜੀ ਜੀ, ਤੁਹਾਡੀ ਗੱਲ ਬਿਲਕੁਲ, ਪਰ ਉੱਥੇ ਤਾਂ ਉਹ ਸਕੂਲ ਤਾਂ ਜਿਹੜੇ ਮੰਨੇ ਜਾਂਦੇ ਆ ਕਿ ਪੰਜਾਬੀ ਸਿਖਾਉਂਦੇ ਨੇ, ਜੇ ਸਕੂਲ ਦੀ ਤੁਸੀਂ ਗੱਲ ਕਰ ਰਹੇ ਹੋ ਅੰਕਲ ਜੀ, ਪੰਜਾਬੀ ਸਿਖਾਉਂਦੇ ਆ ਤਾਂ ਫਿਰ ਪੰਜਾਬੀ ਇਹ ਨਹੀਂ ਹੁੰਦੀ ਸਿੱਖਣੀ ਵੀ ਇੱਕ ਕਲਾਸ ਵਿੱਚ ਪੰਜਾਬੀ ਸਿੱਖਣੀ ਹੈ, ਕੋਈ ਪੀਰੀਅਡ ਲਗਾ ਲਓ ਪੰਜਾਬੀ ਦਾ, ਉੱਥੇ ਉੱਥੇ ਪੰਜਾਬੀ ਬੋਲਦੇ ਆ, ਉਹਦੇ ਨਾਲ ਪੰਜਾਬੀ ਨਹੀਂ ਤੁਸੀਂ ਸਿੱਖ ਸਕਦੇ। ਜੇ ਤੁਸੀਂ ਆਪਸ ਵਿੱਚ ਗੱਲ ਕਰੋਗੇ ਪੰਜਾਬੀ ਵਿੱਚ, ਕਨਵਰਸੇਸ਼ਨ ਕਰੋਗੇ, ਤਾਂ ਜਾ ਕੇ ਤੁਹਾਨੂੰ ਰੀਅਲ ਅੰਡਰਸਟੈਂਡਿੰਗ ਪਏਗੀ ਪੰਜਾਬੀ ਦੀ। ਉੱਦਾਂ ਹੀ ਬਸ ਕੋਈ ਕਲਾਸ, ਕੋਈ ਤੁਸੀਂ ਸਮਝ ਲਓ ਫ੍ਰੈਂਚ ਦੀ ਕਲਾਸ ਲੈ ਲਿੱਤੀ, ਜੇ ਤੁਸੀਂ ਫ੍ਰੈਂਚ ਨਾਲ ਕਿਸੇ ਨਾਲ ਕਨਵਰਸੇਸ਼ਨ ਹੀ ਕਰੋਗੇ ਫ੍ਰੈਂਚ ਵਿੱਚ, ਤੁਹਾਨੂੰ ਉਸਦੀ ਰੀਅਲੀ ਅੰਡਰਸਟੈਂਡਿੰਗ ਨਹੀਂ ਹੋਏਗੀ, ਯੂ ਵਿਲ ਨਾਟ ਫੀਲ ਕੰਫਰਟੇਬਲ ਸਪੀਕਿੰਗ ਦੈਟ ਲੈਂਗੁਏਜ। ਜੀ ਬਿਲਕੁਲ ਠੀਕ ਗੱਲ ਆ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਫੋਰ ਕਾਲਿੰਗ। ਦੋਸਤੋ ਇਹ ਗੱਲ ਜਿਹੜੀ ਇਸ ਬੱਚੀ ਨੇ ਕਹੀ ਆ ਕਿ ਪੰਜਾਬ ਦੇ ਵਿੱਚ ਇੱਥੋਂ ਉੱਥੇ ਗਏ ਪੰਜਾਬੀ ਸਿੱਖਣ ਉਹਨਾਂ ਸਕੂਲਾਂ, ਇਹ ਫੈਕਟ ਆ, ਸ਼ਾਇਦ ਤੁਸੀਂ ਜਾਣਦੇ ਹੋ ਕਿ ਨਹੀਂ ਜਾਣਦੇ, ਮੈਨੂੰ ਇਸ ਗੱਲ ਦਾ ਇਲਮ ਨਹੀਂ ਆ, ਪਰ ਪੰਜਾਬ ਦੇ ਵਿੱਚ ਮੋਸਟਲੀ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ 'ਤੇ ਜੁਰਮਾਨਾ ਹੁੰਦਾ, ਅਤੇ ਸਾਡਾ ਮੁੱਦਾ ਕਦੇ ਹੁੰਦਾ ਸੀ ਕਿ ਪੰਜਾਬ ਤੋਂ ਬਾਹਰ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਲਿਆਉਣੇ ਆ। ਇਹ ਜਦੋਂ ਪੰਜਾਬੀ ਭਾਸ਼ਾ ਖਤਮ ਹੋ ਗਈ, ਬੱਚਿਆਂ ਨੂੰ ਪੰਜਾਬੀ ਨਹੀਂ ਆਈ, ਤਾਂ ਫਿਰ ਉਹ ਆਪਣੇ ਵਿਰਸੇ ਨਾਲ ਕਿੱਦਾਂ ਜੁੜਨਗੇ? ਤੁਸੀਂ ਬਾਣੀ ਕਿੱਦਾਂ ਸਿਖਾ ਸਕਦੇ ਆ? ਲੌਜਿਕ ਬੜੇ ਦਿੱਤੇ ਜਾਂਦੇ ਆ ਜੀ, ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅੰਗਰੇਜ਼ੀ ਦੇ ਵਿੱਚ ਵੀ ਹੋ ਗਿਆ ਉਹ ਕਰ ਸਕਦੇ, ਨਹੀਂ ਕਰ ਸਕਦੇ ਤੁਸੀਂ, ਇਹ ਚੀਜ਼ ਨਹੀਂ ਹੋ ਸਕਦੀ। ਜੇਕਰ ਪੰਜਾਬੀ ਭਾਸ਼ਾ ਖਤਮ ਹੋ ਜਾਂਦੀ ਹੈ ਤੁਸੀਂ ਖਤਮ ਹੋ ਜਾਓਗੇ, ਇਹਦੇ ਗੱਲ ਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਆ। ਇੱਕ ਹੋਰ ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ, ਜੀ ਆਇਆਂ ਨੂੰ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਹਿਊਸਟਨ ਤੋਂ ਬੋਲ ਰਿਹਾ, ਆਈ ਜਸਟ ਵਾਂਟ ਟੂ ਨੋ ਕਵਰ ਸਾਹਿਬ ਛੱਡ ਗਏ ਸ਼ੋ ਨੂੰ? ਨਹੀਂ ਜੀ, ਉਹਨਾਂ ਦੇ ਹਿੱਪ ਦੀ ਸਰਜਰੀ ਹੋਈ ਹੈ ਜੀ, ਸਿਰਫ ਇੱਕ ਨੈਕਸਟ ਵੀਕ ਲਈ ਉਹ ਗਏ ਨੇ, ਉਹ ਤਾਂ ਅਸੀਂ ਇਹ ਸ਼ੋਅ ਕਰ ਰਹੇ ਹਾਂ ਜੀ, ਉਹ ਤੋਂ ਬਾਅਦ ਵਾਪਸ ਆਉਣਗੇ ਜੀ। ਓਕੇ ਓਕੇ, ਦੈਟਸ ਆਲ, ਆਈ ਡੋਂਟ ਵਾਂਟ ਟੂ ਬੀ, ਆਈ ਜਸਟ ਵੰਡਰਿੰਗ, ਆਈ ਜਸਟ ਟਰਨਡ ਟੀਵੀ ਔਨ ਐਂਡ ਆਈ ਸਾਅ ਦੈਟ ਹੀ ਡਿਡਨਟ
come on for last 2 days, maybe he quit. No, he's coming back. He's okay. Coming back soon. Okay. Thank you very much for calling. Okay. Thank you. ਜੀ ਸਵਾਗਤ ਹੈ ਜੀ ਜੀ ਆਇਆਂ ਨੂੰ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ ਜਸਕਰਨ ਜੀ ਜੀ ਵੈਲਕਮ ਔਨ ਦਾ ਸ਼ੋ ਜੀ ਸ਼ੁਕਰੀਆ ਮੈਂ ਬ੍ਰਦਰ ਵਾਲਿਆ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਗੱਲ ਇਹ ਹੈ ਜੀ ਤੁਸੀਂ ਚੰਡੀਗੜ੍ਹ ਦਾ ਮੁੱਦਾ ਖੜਾ ਕੀਤਾ ਹੈਗਾ ਇਹ ਸਾਡੇ ਜਿੰਨੇ ਵੀ ਨਿਕੰਮੇ ਪੋਲੀਟੀਸ਼ੀਅਨ ਹੈ ਉਹਨਾਂ ਦਾ ਡਿਸੀਜਨ ਲੈਣ ਦਾ ਗੁਰਦਾ ਹੀ ਨਹੀਂ ਹੈਗਾ ਦੇਖੋ ਉਹਨਾਂ ਨੇ ਆਂਧਰਾ ਤੇਲੰਗਾਨਾ ਤੇ ਕੀ ਕੀਤਾ ਜੀ ਹੁਣ ਤੁਸੀਂ ਆ ਜਾਓ ਕਿ ਵੀ ਪੰਜਾਬੀ ਜ਼ੁਬਾਨ ਜਿਹੜੀ ਇੰਗਲਿਸ਼ ਸਕੂਲਾਂ 'ਚ ਨਹੀਂ ਬੋਲੀ ਜਾਂਦੀ ਅਲਵੜੀਆ ਸਾਹਿਬ ਇਹ ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਰੋਕ ਰਿਹਾ ਵਿੱਚ ਜਿਹੜਾ ਚੰਡੀਗੜ੍ਹ ਦਾ ਮਸਲਾ ਸੀ ਕਿਸੇ ਵੇਲੇ ਇਹਦੇ ਉੱਤੇ ਕਿੱਡੀ ਵੱਡੀ ਪੰਜਾਬ ਦੇ ਵਿੱਚ ਸਿਆਸਤ ਹੁੰਦੀ ਸੀ ਅੱਜ ਉਹ ਕਿਤੇ ਛੋਟਾ ਜਿਹਾ ਪਾਸੇ ਲੱਗ ਕੇ ਰਹਿ ਗਿਆ ਇਹਦਾ ਕੀ ਕਾਰਨ ਹੈ ਜੀ ਉਹਦਾ ਕਾਰਨ ਇਹ ਹੈ ਜੀ ਕਿ ਇੱਕ ਤਾਂ ਸੈਂਟਰ ਗੌਰਮੈਂਟ ਜਿਹੜੀ ਹੈ ਜੀ ਉਹ ਤੁਹਾਨੂੰ ਐਸੀ ਛਿੜ 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 ਕੇ ਰੱਖਦੀ ਹੈ ਕਿ ਤੁਸੀਂ ਆਪਸ 'ਚ ਲੜਦੇ ਰਹੋ ਤੁਹਾਡਾ ਧਿਆਨ ਇਸ ਮੁੱਦੇ ਵੱਲ ਆਏ ਨਾ ਜੀ ਬਿਲਕੁਲ ਠੀਕ ਗੱਲ ਅੱਛਾ ਜੇ ਚੰਡੀਗੜ੍ਹ ਦੇਖੋ ਪਹਿਲੇ ਜਦੋਂ ਬਣਿਆ ਸੀ ਤਾਂ ਉਦੋਂ ਪੰਜਾਬ ਸੀਗਾ ਯੂਨੀਫਾਈਡ ਪੰਜਾਬ ਜੀ ਜੇ ਹਰਿਆਣਾ ਬਣਿਆ ਜੀ ਤੇ ਹਰਿਆਣਾ ਨੂੰ ਆਪਣਾ ਕੈਪੀਟਲ ਚਾਹੀਦਾ ਸੀ ਉਹਨਾਂ ਨੂੰ ਪੰਚਕੂਲਾ ਦੇ ਦਿੰਦੇ ਹੋਰ ਕੋਈ ਦੇ ਦਿੰਦੇ ਜੀ ਜੀ ਬਿਲਕੁਲ ਉਹਨਾਂ ਨੇ ਸੈਟਲ ਕਰਨਾ ਹੀ ਨਹੀਂ ਸੀ ਜੀ ਉਹਨਾਂ ਨੇ ਛਿੜ ਪੰਜਾਬੀਆਂ ਲਈ ਛੱਡ ਕੇ ਰੱਖਣੀ ਸੀ ਅੱਛਾ ਹੁਣ ਤੁਸੀਂ ਆ ਜਾਓ ਰਿਵਰ ਵਾਟਰ ਤੇ ਜੀ ਬਿਲਕੁਲ ਨਹਿਰੂ ਸਾਹਿਬ ਦੇ ਵੇਲੇ ਕੇ ਬੀ ਐਨ ਰਾਓ ਹੁੰਦੇ ਸੀਗੇ ਐਗਰੀਕਲਚਰ ਮਿਨਿਸਟਰ ਜੀ ਉਹਨਾਂ ਨੇ ਕਿਹਾ ਸੀ ਕਿ ਜਿੰਨੇ ਵੀ ਸਾਡੇ ਰਿਵਰ ਹੈਗੇ ਨੇ ਇਹਨਾਂ ਦਾ ਗ੍ਰਿਡ ਸਿਸਟਮ ਬਣਾਓ ਇਹਨਾਂ ਨੂੰ ਕਨੈਕਟ ਕਰੋ ਇੱਕ ਦੂਜੇ ਦੇ ਨਾਲ ਕਿ ਜਿਹੜਾ ਫਾਲਤੂ ਦਾ ਪਾਣੀ ਮੌਸਮ ਦਾ ਫਾਲਤੂ ਦਾ ਪਾਣੀ ਹੋਵੇ ਉਹ ਤੁਸੀਂ ਉਦੋਂ ਬੈਰਨ ਇਲਾਕਿਆਂ 'ਚ ਰਾਜਸਥਾਨ ਵਗੈਰਾ 'ਚ ਡਾਇਵਰਟ ਕਰੋ ਜਿੱਥੇ ਕਿ ਉਹ ਜਿਹੜੇ ਰੇਤੀਲੇ ਜਗ੍ਹਾ ਹੈਗੀਆਂ ਉਹ ਆਬਾਦ ਹੋ ਸਕਣ ਲੇਕਿਨ ਜਦੋਂ ਮੌਸਮ ਦੀ ਲੋੜ ਹੋਵੇ ਤੇ ਉਹ ਪਾਣੀ ਜਿਹੜਾ ਹੈ ਉਹ ਸਾਰੇ ਪ੍ਰਾਂਤਾਂ ਨੂੰ ਮਿਲਣਾ ਚਾਹੀਦਾ ਔਰ ਫਲੱਡਸ ਨੂੰ ਕੰਟਰੋਲ ਕਰਾਂਗੇ ਜੀ ਉਹ ਇਹਨਾਂ ਨੇ ਨਹੀਂ ਮੰਨਿਆ ਹੁਣ ਸਰਦਾਰ ਪਟੇਲ ਸਾਹਿਬ ਦੀ ਇੱਕ ਗੱਲ ਬੜੀ ਯਾਦ ਆਉਂਦੀ ਹੈ ਕਸ਼ਮੀਰ ਤੇ ਉਹਨਾਂ ਨੇ ਕਿਹਾ ਸੀ ਨਹਿਰੂ ਨੂੰ ਯੂ ਆਰ ਕ੍ਰੀਏਟਿੰਗ ਅ ਪ੍ਰੋਬਲਮ ਦੈਟ ਯੂ ਵਿਲ ਨੈਵਰ ਬੀ ਏਬਲ ਟੂ ਸੋਲਵ ਇਨ ਯੂਰ ਲਾਈਫ ਟਾਈਮ ਔਰ ਉਹ ਚੀਜ਼ ਹੁਣ ਸੱਚੀ ਹੋ ਰਹੀ ਹੈ ਕਿ ਰਿਵਰ ਵਾਟਰ ਤੇ ਵੀ ਤੁਸੀਂ ਸੈਟਲ ਨਹੀਂ ਕਰ ਰਹੇ ਉੱਥੇ ਮਦਰਾਸ ਤੇ ਕਾਵੇਰੀ ਵਾਟਰ ਦਾ ਨਹੀਂ ਸੈਟਲ ਹੋ ਰਿਹਾ ਰਿਵਰ ਦਾ ਮੈਸੂਰ ਆਂਧਰਾ ਤੇ ਤੇਲੰਗਾਨਾ ਦਾ ਝਗੜਾ ਵੀ ਤੁਸੀਂ ਜਦੋਂ ਤਿੰਨੋ ਸਟੇਟਾਂ ਮੰਨਦੀਆਂ ਨੇ ਉਹਨਾਂ ਨੂੰ ਸੈਟਲ ਕਰ ਲੈਂਦੇ ਹੋ ਤੁਸੀਂ ਵਿੱਚ ਖਾਮ ਕਾ ਪੰਗਾ ਕਿਉਂ ਬਣਾ ਕੇ ਬੈਠੋ ਕਿ ਸਾਡੇ ਸੈਂਟਰ ਤੋਂ ਅਪਰੂਵਲ ਲਓ ਇਹ ਅਲਵੜੀ ਸਾਹਿਬ ਬੜੀ ਸਿੱਧੀ ਜੀ ਗੱਲ ਆ ਜਿਹੜੀ ਰਿਪੇਰੀਅਨ ਪ੍ਰਿੰਸੀਪਲ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਦਰਿਆਏ ਪਾਣੀਆਂ ਦੇ ਮਸਲੇ 'ਤੇ ਕਿ ਜਿਹੜੀ ਸਟੇਟ ਦੇ ਵਿੱਚ ਜਿਹੜਾ ਦਰਿਆ ਵਗ ਰਿਹਾ ਉਹਨੂੰ ਪਹਿਲਾਂ ਹੱਕ ਆ ਉਹਦੇ ਉੱਤੇ ਜੇ ਕਿਸੇ ਹੋਰ ਨੇ ਲੈਣਾ ਤਾਂ ਉਹਨੂੰ ਪੇ ਕਰਨਾ ਪਊਗਾ ਜਾਂ ਕਿਉਂਕਿ ਜਦੋਂ ਹੜ੍ਹ ਆਉਂਦਾ ਸਫ਼ਰ ਵੀ ਤਾਂ ਉਹੀ ਸਟੇਟ ਕਰਦੀ ਹੈ ਬੜੀ ਸਿੱਧੀ ਜੀ ਗੱਲ ਆ ਇਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਜੀ ਉਹ ਜੀ ਇਹਨਾਂ ਦੀ ਜਿਹੜੀ ਦੂਰਅੰਦੇਸ਼ੀ ਇਹਨਾਂ ਦੀ ਹੈ ਹੀ ਨਹੀਂ ਇਹਨਾਂ ਨੂੰ ਪ੍ਰੋਬਲਮ ਸੋਲਵਿੰਗ ਦਾ ਇਹਨਾਂ 'ਚ ਨਾ ਤਾਂ ਦਿਮਾਗ ਹੈਗਾ ਨਾ ਇਹਨਾਂ ਦਾ ਗੁਰਦਾ ਹੈਗਾ ਹੁਣ ਤੁਸੀਂ ਇੱਕ ਇਸ਼ੂ ਥਰਡ ਇਸ਼ੂ ਰੇਜ਼ ਕੀਤਾ ਸੀ ਕਿ ਜਿਹੜੇ ਇਲਾਕੇ ਪੰਜਾਬੀ ਸਪੀਕਿੰਗ ਹੈ ਉਹ ਪੰਜਾਬ 'ਚ ਕਿਉਂ ਨਾ ਮਿਲਾਏ ਜਾਣ ਜੀ ਹੁਣ ਇਹ ਇੱਕ ਬੜਾ ਜ਼ਬਰਦਸਤ ਇਸ਼ੂ ਹੈਗਾ ਇਸ 'ਤੇ ਧਿਆਨ ਦੇਣਾ ਪਏਗਾ ਕਿਉਂਕਿ ਜਦੋਂ ਪੰਜਾਬੀ ਸੂਬਾ ਬਣਿਆ ਸੀ ਮਰਦਮਸ਼ੁਮਾਰੀ ਹੋਈ ਸਭ ਕੁਛ ਹੋਇਆ ਤੇ ਹਿੰਦੂ ਪੰਜਾਬੀਆਂ ਨੇ ਆਪਣੀ ਮਾਤਰ ਜ਼ੁਬਾਨ ਨਾਲ ਧੋਖਾ ਕੀਤਾ
ਹਿੰਦੀ ਲਿਖਵਾਈ ਸੀ। ਜੇ ਤੁਸੀਂ ਸਰਵੇ ਕਰੋਗੇ ਤੇ ਜਿਹੜੇ ਅੰਬਾਲਾ, ਦਿੱਲੀ, ਪਾਣੀਪਤ, ਸੋਨੀਪਤ, ਪੰਚਕੂਲਾ ਜਿੰਨੇ ਵੀ ਹਿੰਦੂ ਹੈਗੇ ਨੇ ਹਿਮਾਚਲ ਦੇ ਵਿੱਚ ਪੰਜਾਬੀ ਹਿੰਦੂ, ਉਹਨਾਂ ਨੇ ਮਾਤਰ ਭਾਸ਼ਾ ਆਪਣੀ ਹਿੰਦੀ ਕਹਿਣੀ। ਮੈਨੂੰ ਸਮਝ ਨਹੀਂ ਆਉਂਦੀ, ਅਸੀਂ ਘਰ 'ਚ ਹਿੰਦੀ ਬੋਲਦੇ, ਜੰਮੇ ਪਲੇ ਤੁਸੀਂ ਪੰਜਾਬੀ 'ਚ, ਫਿਰ ਤੁਸੀਂ ਹਿੰਦੀ ਕਿਉਂ ਲਿਖਦੇ ਹੋ? ਉੱਥੇ ਅਸੀਂ ਮਾਰ ਖਾ ਜਾਂਦੇ ਹਾਂ। ਜੇ ਇਸ਼ੂ ਤੁਸੀਂ ਰੇਸ ਕਰੋਗੇ ਹੁਣ ਦੁਬਾਰਾ, ਤੇ ਮੇਰੀ ਚੇਤਾਵਨੀ ਆ ਤੁਹਾਨੂੰ ਕਿ ਜਿੰਨਾ ਪੰਜਾਬ ਹੈ ਇਹ ਵੀ ਖਤਮ ਹੋ ਕੇ ਰਹਿ ਜਾਏਗਾ, ਤੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ, ਇਸ਼ੂ ਸਹੀ ਲਓ ਔਰ ਉਸ ਤੇ ਡਟ ਕੇ ਔਰ ਜ਼ਬਰਦਸਤੀ ਹੱਕ ਲਓ, ਨਾ ਕਿ ਤੁਸੀਂ ਇਹਨਾਂ ਦੇ ਸਮਝੌਤਿਆਂ ਤੇ ਛੱਡੋਗੇ। ਤੇ ਅਕਾਲੀ ਦਲ ਨੇ ਕਾਂਗਰਸ ਨੂੰ ਨਹੀਂ ਦੇਣਾ, ਕਾਂਗਰਸ ਨੇ ਬੀਜੇਪੀ ਨੂੰ ਨਹੀਂ ਦੇਣਾ, ਤੇ ਆਮ ਆਦਮੀ ਪਾਰਟੀ ਨੇ ਤਿੰਨਾਂ ਨੂੰ ਨਿਖਾਰਨਾ। ਇਹ ਆਪਸ ਚ ਸਾਨੂੰ ਬੁੱਧੂ ਬਣਾਉਂਦੇ ਨੇ। ਸਾਨੂੰ ਜਾਗ੍ਰਿਤੀ ਆਣੀ ਚਾਹੀਦੀ ਹੈ ਕਿ ਸਾਡੇ ਨਾਲ ਹੋ ਕੀ ਰਿਹਾ ਹੈ। ਜੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਫੋਨ ਕਰਨ ਲਈ, ਸ਼ੁਕਰੀਆ ਜੀ, ਥੈਂਕ ਯੂ। ਦੋਸਤੋ, ਇਹ ਗੱਲ ਸ਼ੁਰੂ ਤੋਂ ਹੀ ਰਹੀ ਆ, ਮੁੱਦਾ ਚੱਕਿਆ ਜਾਂਦਾ, ਇਹ ਸਾਰੇ ਮੁੱਦੇ ਜਿਹੜੇ ਮੈਂ ਡਿਸਕਸ ਕੀਤੇ ਆ ਇਹ ਚੱਕੇ ਜਾਂਦੇ ਆ, ਉਹਦੇ ਤੋਂ ਇਲੈਕਸ਼ਨ ਹੋ ਜਾਂਦੀ ਆ। ਜਾਂ ਤਾਂ ਜੇ ਤਾਂ ਜਿਹੜੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ, ਜੇ ਸੈਂਟਰ ਦੇ ਵਿੱਚ ਉਹਦੀ ਸਰਕਾਰ ਨਹੀਂ ਆ, ਤਾਂ ਬੜਾ ਸਿੱਧਾ ਜਿਹਾ ਬਹਾਨਾ ਹੁੰਦਾ ਜੀ ਵੀ ਕਿ ਸੈਂਟਰ ਸਪੋਰਟ ਨਹੀਂ ਕਰ ਰਿਹਾ। ਜੇ ਸੈਂਟਰ ਦੇ ਵਿੱਚ ਵੀ ਉਹੀ ਸਰਕਾਰ ਹੋਵੇ ਜਾਂ ਉਹ ਸਰਕਾਰ ਦੇ ਵਿੱਚ ਭਾਈਵਾਲੀ ਹੋਵੇ, ਤਾਂ ਫਿਰ ਥੋੜ੍ਹੀ ਜਿਹੀ ਚੁੱਪ ਚਾਂਦ ਸਮਾਂ ਲਗਾ ਲਿਆ ਜਾਂਦਾ, ਇਲੈਕਸ਼ਨ ਤੋਂ ਬਿਲਕੁਲ ਥੋੜ੍ਹਾ ਜਿਹਾ ਪਹਿਲਾਂ ਆ ਕੇ ਮੁੱਦੇ ਕਿਤੇ ਨਾ ਕਿਤੇ ਫੇਰ ਚੱਕ ਲਏ ਜਾਂਦੇ ਆ। ਪਰ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਲੋਕ ਲੜ ਰਹੇ ਆ, ਲੋਕ ਵੋਟਾਂ ਪਾ ਰਹੇ ਆ, ਲੋਕ ਇਲੈਕਸ਼ਨ ਦੇ ਲਈ ਲੀਡਰਾਂ ਨੂੰ ਦੇਖ ਰਹੇ ਆ ਕਿ ਕਿਹੜਾ ਚੰਗਾ ਕਿਹੜਾ ਮਾੜਾ, ਉਹ ਸਾਰੇ ਕੁਛ ਦੇ ਵਿੱਚ ਇਹ ਮੁੱਦੇ ਬਹੁਤ ਪਿੱਛੇ ਚਲੇ ਗਏ। ਇਹਦਾ ਕੀ ਕਾਰਨ ਆ? ਅਸੀਂ ਗੱਲਬਾਤ ਜਾਰੀ ਰੱਖਦੇ ਹਾਂ ਜੀ। ਜੀ ਸਵਾਗਤ ਹੈ ਜੀ, ਜੀ ਆਇਆਂ ਨੂੰ, ਕੌਣ ਬੋਲ ਰਹੇ ਹੋ ਅਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਪ੍ਰੋਫੈਸਰ ਗੁਰਮੇਲ ਸਿੰਘ ਬੋਲਦਾ ਹਾਂ ਜੀ, ਐਲਕ ਗਰੋਵ ਕੈਲੀਫੋਰਨੀਆ ਤੋਂ ਜੀ। ਜੀ ਪ੍ਰੋਫੈਸਰ, ਅਤੇ ਤੁਹਾਡਾ ਅੱਜ ਦਾ ਮੁੱਦਾ ਜਸਕਰਨ ਜੀ ਬਹੁਤ ਵਧੀਆ ਅਤੇ ਕ੍ਰਿਟੀਕਲ ਅਤੇ ਇੰਟੈਲੀਜੈਂਸ਼ੀਆ ਦਾ ਆ ਜੀ। ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਨੂੰ ਜਾਣਾ ਆ ਵੀ ਜਦੋਂ ਵੰਡ ਹੋਣੀ, ਹਿੰਦੁਸਤਾਨ ਦੀ ਵੰਡ ਹੋਈ ਨਾ, ਹਿੰਦੁਸਤਾਨ ਪਾਕਿਸਤਾਨ ਦਾ ਆਜ਼ਾਦੀ ਮਿਲੀ ਸੀ, ਹਾਂਜੀ ਹਾਂਜੀ, ਅਤੇ ਉਸ ਵੇਲੇ ਸਿੰਘ ਸੂਰਮਿਆਂ ਨੂੰ ਕੁਛ ਲਾਰੇ ਲਾਏ ਗਏ ਸੀ ਵੀ ਤੁਹਾਨੂੰ ਉੱਤਰੀ ਦੇ ਵਿੱਚ ਖੇਤਰ ਦਿਆਂਗੇ ਜੀ, ਬਿਲਕੁਲ ਉੱਤਰੀ ਭਾਰਤ 'ਚ ਜਿੱਥੇ ਤੁਸੀਂ ਪ੍ਰਫੁੱਲਤ ਹੋ ਸਕੋ ਹਰ ਹਾਲਤ 'ਚ ਜੀ। ਅਤੇ ਜਰੈਮ ਪੇਸ਼ਾ ਦਾ ਲੈਟਰ ਕੱਢ ਦਿੱਤਾ ਸੀ ਉਸ ਵੇਲੇ ਪਟੇਲ ਸਾਹਿਬ ਨੇ ਵੀ ਇਹ ਜਿਹੜੇ ਜੀ ਇਹ ਤਾਂ ਲੜਾਕੂ ਆ, ਲਟੇਰੇ ਆ, ਇੱਦਾਂ ਆ। ਅਤੇ 1951 ਦੀ ਹੋਈ ਸੀ ਮਰਦਮ ਸਵਾਰੀ, ਨੋਟ ਕਰਿਓ ਮੇਰੀਆਂ ਦੋ ਚਾਰ ਗੱਲਾਂ ਜੀ। ਉਹਦੇ ਵਿੱਚ ਜਾਣ ਬੁੱਝ ਕੇ ਮੇਰੇ ਹਿੰਦੂ ਵੀਰਾਂ ਨੇ ਪੰਜਾਬੀ ਬੋਲਦਿਆਂ ਹੋਇਆ ਹਿੰਦੀ ਲਿਖਾਈ ਸੀ। ਜਿਹੜੇ ਬੰਦੇ ਦੀ ਡਿਊਟੀ ਸੀ ਉਹਦੀ ਪਾਵਰ ਨਹੀਂ ਸੀ ਵੀ ਉਹਨੂੰ ਪੁੱਛ ਸਕੇ ਵੀ ਕਿਉਂ, ਆਰਡਰ ਸੀ ਸੱਸ ਵੀ ਤੁਸੀਂ ਨਹੀਂ ਪੁੱਛਣਾ ਕਿਸੇ ਨੂੰ ਜਿਹੜਾ ਲਿਖਾਉਂਦਾ ਲਿਖੋ ਜੀ ਜੀ। 1956 ਦੇ ਵਿੱਚ ਐਕਟ ਪਾਸ ਹੋਇਆ ਸੀ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ, ਬਿਲਕੁਲ ਸਾਰੇ ਸੂਬੇ ਬਣ ਗਏ। ਤੇ ਆ ਕੇ ਗੱਲ ਪੰਜਾਬ ਤੇ ਅੜ ਗਈ ਤੇ ਉੱਥੇ ਫਿਰ ਪੂਰੀ ਸ਼ਾਸਤ ਬਾਤਰੀ ਸ਼ੁਰੂ ਹੋ ਗਈ ਜੀ। ਔਰ ਮੋਰਚੇ ਲਾਉਣੇ ਪਏ, ਮੋਰਚੇ ਲਾਉਂਦਿਆਂ ਹੋਇਆਂ ਤੇ 1966 ਦੇ ਨਵੰਬਰ ਨੂੰ ਲੰਗੜਾ ਪੰਜਾਬ ਮਿਲ ਗਿਆ, ਛੋਟਾ ਜਿਹਾ ਹਾਂਜੀ ਛੋਟਾ ਜਿਹਾ ਮਿਲ ਗਿਆ। ਹੁਣ ਕਹਿੰਦੇ ਨਾ ਵੀ ਉਸ ਵੇਲੇ ਕਹਿੰਦੇ ਜੀ ਜਾ ਦਿੱਲੀ ਤੇ ਕਰਾਂਗੇ, ਦਿੱਲੀ ਤੇ ਕਿਹੜਾ ਨਹੀਂ ਸੀ ਮੰਗਦਾ, ਦਿੱਲੀ ਤੇ ਦੇ ਦਿੰਦੇ, ਪੰਜਾਬ ਕੋਈ ਨਾਂ ਥੋੜੋ ਕਰਦਾ ਸੀ, ਬਿਲਕੁਲ ਉਹਨਾਂ ਕੋਲ ਸ਼ਕਤੀ ਸੀ ਕੇਂਦਰ ਵਿੱਚ, ਜਿਹੜੀਆਂ ਭਾਵਨਾਵਾਂ ਸੀ ਮੈਂ ਸਪਸ਼ਟ ਦੱਸਦਾ। ਜਿਸ ਕਾਰਨ ਜੀ ਤੁਸੀਂ ਤਾਂ ਮੈਨੂੰ ਇੰਟੈਲੀਜੈਂਟ ਬੈਠੇ ਹੋ, ਜਿਹੜੇ ਥਾਂ ਤੇ ਤੁਸੀਂ ਬੈਠੇ ਆ, ਤੁਸੀਂ ਡੂੰਘੇ ਆ ਇਹਨਾਂ ਗੱਲਾਂ ਲਈ। ਉਹ ਭਾਵਨਾਵਾਂ ਖਾਸ ਤੌਰ ਤੇ ਇਹ ਸੀ ਵੀ ਇਹ ਜਿਹੜਾ ਪੰਜਾਬੀ ਸੂਬਾ ਇਹ ਸੰਬੰਧਿਤ ਹੈ ਕੁਝ ਸਿੱਖਾਂ ਨਾਲ। ਇਸ ਕਰਕੇ ਰਿਪੇਰੀਅਨ ਦੀ ਲਾ ਦੀ ਤੁਸੀਂ ਗੱਲ ਕੀਤੀ ਆ ਵੀ ਪਾਣੀਆਂ ਦੀ, ਉਹਦੇ ਵਿੱਚ ਤੁਸੀਂ ਦੇਖ ਲਓ ਧੱਕੇ ਨਾਲ ਪਾਣੀ ਦਿੱਤਾ ਗਿਆ। ਸਾਡਾ ਪੰਜਾਬ ਜਿਹੜਾ
ਉਹ ਜਿਹੜਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਉਹ ਰੇਗਿਸਤਾਨ ਬਣ ਰਿਹਾ ਜੀ ਬਿਲਕੁਲ, ਔਰ ਨਾਲ ਹੀ ਇੱਥੋਂ ਦੀਆਂ ਜਿਹੜੀਆਂ ਭਾਸ਼ਾਵਾਂ ਬੋਲਦੀਆਂ ਦੀ ਗੱਲ ਜਦੋਂ ਵੀ ਕਿਸੇ ਨੇ ਕੀਤੀ ਆ, ਤੁਸੀਂ ਕਹਿੰਦੇ ਮੁੱਦੇ ਪਿੱਛੇ ਚੱਲ ਗਏ ਜੀ ਜੀ, ਚੰਡੀਗੜ੍ਹ ਜਿਹੜਾ ਜਦੋਂ ਕੋਈ ਵੀ ਸਟੇਟ ਜਿਹੜੀ ਹੈ ਨਾ ਉਹਦੇ ਨਾਲ ਦੂਆ ਸੂਬਾ ਲਾ ਕੀਤਾ, ਤੁਸੀਂ ਸਾਰੇ ਹਿੰਦੁਸਤਾਨ ਚ ਧਾਰਨਾ ਵੇਖ ਲਓ ਨਿਗਾਹ ਫਿਰ ਕੇ ਜੀ ਜੀ, ਜਿਹੜੇ ਸੂਬੇ ਨੂੰ ਪਰੇ ਕੀਤਾ ਉਹਨੂੰ ਨਵੀਂ ਬਣਾਉਣੀ ਪਈ ਰਾਜਧਾਨੀ, ਤੇ ਓਰਿਜਨਲ ਸੂਬੇ ਨੂੰ ਪਹਿਲੀ ਰਾਜਧਾਨੀ ਦਿੱਤੀ ਗਈ ਆ। ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ। ਔਰ ਇਹਦੇ ਨਾਲ ਪੂਰਨ ਧੱਕਾ ਜਿਹੜਾ ਹੋ ਰਿਹਾ ਇਹ ਤੁਹਾਨੂੰ ਵੀ ਦੇਖ ਰਿਹਾ, ਮੈਨੂੰ ਤੇ ਇਉਂ ਲੱਗਦਾ ਕੁਛ ਵੀ ਇਹ ਮੇਰੇ ਹਿੰਦੂ ਵੀਰ ਵੀ ਨਾਲ ਹੀ ਆ, ਪਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦਾ ਕਰਕੇ ਥੋੜਾ ਜਿਹਾ ਇਹੋ ਜਿਹਾ ਮਸਲਾ ਜਿਹੜਾ ਉਲਝਾਇਆ ਜ਼ਿਆਦਾ ਜਾਂਦਾ ਜਿਹੜੀ ਮੇਰੀ ਫੀਲਿੰਗ ਆ। ਤੁਹਾਡੀ ਗੱਲ ਠੀਕ ਹੈ, ਮਸਲਾ ਇਹ ਆ ਕਿ ਉਹ ਮੁੱਦੇ ਜਿਨ੍ਹਾਂ ਦੇ ਉੱਤੇ 66 ਤੋਂ ਬਾਅਦ 73 ਤੋਂ ਲੈ ਕੇ 73 ਤੋਂ ਲੈ ਕੇ ਐਡੇ ਵੱਡੇ ਰੌਲੇ ਪਏ, ਸੰਘਰਸ਼ ਚੱਲੇ, ਉਹ ਮੁੱਦੇ ਹੀ ਪਿੱਛੇ ਹਟ ਗਏ, ਇਹ ਮੁੱਦੇ ਗਲਤ ਸੀ। ਅੱਜ ਇਹ ਲੱਗਣ ਲੱਗ ਪਿਆ ਕਿ ਗਲੋਬਲਾਈਜੇਸ਼ਨ, ਬਿਲਕੁਲ ਜਸਕਰਨ ਜੀ ਬਿਲਕੁਲ ਗਲਤ ਮੁੱਦੇ ਨਹੀਂ, ਬੜੀਆਂ ਕੋਸ਼ਿਸ਼ਾਂ ਹੋਈਆਂ ਕਿਸੇ ਨੇ ਦਿੱਤਾ ਹੀ ਨਹੀਂ। ਜਿਸ ਵੇਲੇ ਐਲਾਨ ਕਰਨ ਆਏ ਸੀ ਚੰਡੀਗੜ੍ਹ ਰਾਜੀਵ ਹੋਣੀ ਜੀ ਜੀ ਜੀ, ਮੁੱਦਾ ਉਹਨਾਂ ਨੇ ਦਿੱਤਾ ਹੀ ਨਹੀਂ, ਉਹਨਾਂ ਨੇ ਜਦੋਂ ਮੰਗਿਆ ਵੀ ਅੱਜ ਐਲਾਨ ਕਰ ਦੇਣਾ ਜੀ, ਉਦੋਂ ਬਰਨਾਲਾ ਸਾਹਿਬ ਸੀ ਕਿਸੇ ਨੇ ਨਹੀਂ ਐਲਾਨ ਕੀਤਾ। ਹੁਣ ਸੈਂਟਰ ਕੋਲੋਂ ਧੱਕੇ ਨਾਲ ਤਾਂ ਲੈ ਨਹੀਂ ਲੈਣਾ, ਤੁਹਾਡੇ ਸਾਹਮਣੇ ਇਹਨਾਂ ਮੁੱਦਿਆਂ ਦੀ ਖਾਤਰ ਕਿੱਥੋਂ ਦਾ ਹੀ ਗੱਲ ਬਣੀ, ਕਿੱਥੋਂ ਦਾ ਹੀ 84 ਦੇ ਦੰਗੇ ਬਣੇ, ਧਰਮ ਜੋਤ ਮੋਰਚੇ ਲੱਗੇ, ਬਹੁਤ ਕੁਛ ਹੋਇਆ ਜੀ ਜੀ ਬਿਲਕੁਲ। ਹੁਣ ਇਹਨਾਂ ਨਾਲੋਂ ਜਿਹੜੀਆਂ ਇਲੈਕਸ਼ਨਾਂ ਹੁਣ 2017 ਦੀਆਂ ਹੋਣੀਆਂ, ਜਿਸ ਕਾਰਨ ਜੀ ਉਹਦੇ ਲਈ ਮੁੱਦੇ ਤਾਂ ਹੋਰ ਬਹੁਤ ਉੱਭਰ ਗਏ, ਮੁੱਦੇ ਥੱਲੇ ਥਾਂ ਨੂੰ ਹੁੰਦੇ ਦੇਖਦੇ, ਪਰ ਥਾਂ ਹੋਣੇ ਨਹੀਂ ਚਾਹੀਦੇ। ਹੁਣ ਤਾਂ ਨਸ਼ੇ ਦਾ ਮੁੱਦਾ ਹੋ ਗਿਆ, ਕਰਪਸ਼ਨ ਦਾ ਮੁੱਦਾ ਹੋ ਗਿਆ, ਲਾ ਐਂਡ ਆਰਡਰ ਦਾ ਮੁੱਦਾ ਹੋ ਗਿਆ ਜੀ ਜੀ ਜੀ, ਜੋ ਹੁਣ ਪੰਜਾਬ ਦੇ ਹਾਲਾਤ ਆ, ਤੁਹਾਡੇ ਵਰਗੇ ਜਿਹੜੇ ਜੀਨੀਅਸ ਪਰਸਨ ਆ ਜੀ, ਜਦੋਂ ਡੂੰਘੀ ਨੀਚ ਤੇ ਖੋਜ ਨਾਲ ਦੇਖਦੇ ਆ, ਤੁਸੀਂ ਲਾ ਐਂਡ ਆਰਡਰ ਦੇ ਲਓ ਜੀ ਜੀ, ਥਾਣੇਦਾਰ ਲਗਾਇਆ ਜਾਂਦਾ ਜਿਹੜਾ, ਉਹ ਆ ਵੀ ਜਿਹੜਾ ਵੀ MLA ਉਸ ਏਰੀਆ ਦਾ ਹੋਵੇ ਜਾਂ ਹਰਿਆ ਕੈਂਡੀਡੇਟ ਹੋਵੇ ਭਾਵੇਂ, ਉਹਦੇ ਅਨੁਸਾਰ ਉਹਨੂੰ ਚੱਲਣਾ ਪੈਣਾ, ਲਾ ਐਂਡ ਆਰਡਰ ਜਿਹੜਾ ਕਾਗਜ਼ਾਂ ਦਾ ਉਹ ਖਤਮ ਆ ਜੀ ਜੀ ਬਿਲਕੁਲ। ਕਿਸੇ ਦੀ ਸ਼ਕਤੀ ਦੀ ਭਾਵੇਂ ਚੀਕਦਾ ਰਹੇ ਭਾਵੇਂ ਕਰਲਾਉਂਦਾ ਰਹੇ, ਉਹ ਕਹਿੰਦੇ ਵੀ ਜਿਹੜਾ ਉੱਥੇ ਦਾ MLA ਜਾਂ ਮਨਿਸਟਰ ਜਾਂ ਹਰਿਆ ਉੱਥੇ ਦਾ ਜਿਹੜਾ ਕੈਂਡੀਡੇਟ ਹੈ ਜਿਹਦੀ ਸਰਕਾਰ ਹੈ ਉਹਦੀ ਗੱਲ ਮੰਨਣੀ ਆ ਭਾਈ ਜੀ ਜੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਜੀ, ਥੈਂਕ ਯੂ ਪ੍ਰੋਫੈਸਰ ਸਾਹਿਬ, ਸ਼ੁਕਰੀਆ ਜੀ ਟੂ ਮੱਚ ਜੀ। ਔਰ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮ ਆਇਆ, ਇਹ ਨਹੀਂ ਵੀ ਉਹ ਮਸਲੇ ਗਲਤ ਸੀ, ਬਿਲਕੁਲ ਗਲਤ ਨਹੀਂ, ਮਸਲੇ ਉਹ ਸਹੀ ਸੀ, ਪਰ ਕੋਈ ਦੇਵੇ ਤਾਂ ਨਾ ਕਿਹੜਾ ਕਰਦਾ। ਦੇਖੋ ਜੀ ਜਿਹੜੇ ਸੂਬੇ ਪੰਜਾਬੀ ਬੋਲਦੇ ਉਹਨਾਂ ਨੂੰ ਦੇਣ ਲਈ ਕੋਈ ਤਿਆਰ ਨਹੀਂ, ਤੁਹਾਡੇ ਸਾਹਮਣੇ ਪੂਰੀ ਸ਼ਾਹ ਹੈ। ਇਹਦਾ ਕਾਰਨ ਇਹ ਆ ਕਿ ਮੈਨੂੰ ਤਾਂ ਥੋੜ੍ਹਾ ਜਿਹਾ ਇਉਂ ਜਾਪਦਾ ਵੀ ਮਨੋਰਟੀ ਵਾਲੀ ਗੱਲ ਵੀ ਜਿਸ ਕਰਨ ਦੀ ਜਾਪਦੀ ਹੈ, ਤੁਹਾਡਾ ਕੀ ਖਿਆਲ ਇਹਦੇ ਬਾਰੇ? ਅਸਲ ਦੇ ਵਿੱਚ ਇਹਦੇ ਬਾਰੇ ਜਦੋਂ ਡਿਬੇਟ ਕਰਦੇ ਆਪਾਂ, ਬਹੁਤ ਵੱਡੇ ਮਸਲੇ ਨੇ ਜੀ ਇਹ, ਇਕੱਲੇ ਇਕੱਲੇ ਇੱਕ ਮਸਲੇ ਦੇ ਉੱਤੇ 3-3 ਘੰਟੇ ਆਪਾਂ ਗੱਲ ਕਰ ਸਕਦੇ, ਪਰ ਆਪਣਾ ਜਿਹੜਾ ਅੱਜ ਦਾ ਮਸਲਾ ਹੈਗਾ, ਮਾਇਨੋਰਿਟੀ ਬਿਨਾਂ ਸ਼ੱਕ ਇੱਕ ਬਹੁਤ ਵੱਡਾ ਫੈਕਟਰ ਹੈਗਾ ਆ, ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਸੀਗੀ ਜਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਸੀਗੀ, ਜੇ ਉਹ ਮਸਲੇ ਉਸ ਵੇਲੇ ਹੱਲ ਹੋ ਜਾਂਦੇ, ਪੰਜਾਬ ਦੇ ਵਿੱਚ ਐਗਰੀਕਲਚਰ ਬੇਸਡ ਇੰਡਸਟਰੀ ਆ ਜਾਂਦੀ, ਤਾਂ ਸ਼ਾਇਦ ਜਿਹੜਾ ਜਵਾਨੀ ਅੱਜ ਦੀ ਫ੍ਰੀ ਨਾ ਹੁੰਦੀ, ਜਵਾਨੀ ਅੱਜ ਦੀ ਵਿਹਲੀ ਨਾ ਫਿਰਦੀ, ਅਤੇ ਨਸ਼ਿਆਂ ਨੂੰ ਨਾ ਲੱਗਦੀ, ਅਤੇ ਇਹ ਜਿਹੜਾ ਮੁੱਦਾ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਅੱਜ 2017 ਦੇ ਵਿੱਚ ਮੁੱਖ ਏਜੰਡਾ ਬਣ ਕੇ ਸਾਹਮਣੇ ਆ ਰਿਹਾ, ਇਹ ਸ਼ਾਇਦ ਮੁੱਦਾ ਪੈਦਾ ਹੀ ਨਾ ਹੁੰਦਾ। ਬਿਲਕੁਲ ਜੀ, ਜਿਸ ਕਾਰਨ ਜਿਹੜਾ ਇਹ ਮੁੱਦਾ ਹੋਣ ਸਮਾਂ ਇਹਨਾਂ ਇਲੈਕਸ਼ਨ ਚ ਗਾਂ ਆਉਣੇ ਦਾ, ਜਿਹੜੇ ਮੈਂ ਤੁਹਾਨੂੰ ਬੇਨਤੀਆਂ ਕੀਤੀਆਂ ਨਾ, ਅਨਪਲਾਇਮੈਂਟ, ਸਿਹਤ, ਸਿੱਖਿਆ, ਲਾ ਐਂਡ ਆਰਡਰ, ਇਹ ਮੁੱਦੇ ਵੀ ਹੁਣ ਹਾਵੀ ਹੋਏ ਆ ਇਸ ਵੇਲੇ, ਸਾਰੀਆਂ ਪਾਰਟੀਆਂ ਇਹਨਾਂ ਦਾ ਨਾਂ ਲੈਂਦੀਆਂ ਆ। ਜੀ ਜੀ ਸ਼ੁਕਰੀਆ ਜੀ, ਮਿਹਰਬਾਨੀ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਧੰਨਵਾਦ, ਤੁਸੀਂ ਮੈਨੂੰ ਟਾਈਮ ਦਿੱਤਾ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਥੈਂਕ ਯੂ ਜੀ। ਦੋਸਤੋ ਗੱਲਬਾਤ ਅਸੀਂ ਜਾਰੀ ਰੱਖਦੇ ਹਾਂ ਇਸੇ ਵਿਸ਼ੇ ਦੇ ਉੱਤੇ, ਤੁਹਾਡੀਆਂ ਬਹੁਤ ਸਾਰੀਆਂ ਕਾਲਸ ਨੇ, ਵਿਸ਼ਾ ਬੜਾ ਸੰਵੇਦਨਸ਼ੀਲ ਆ ਔਰ ਬੜਾ ਸੋਚਣ ਵਾਲਾ ਆ ਕਿ ਕੀ ਹੋਇਆ, ਉਹ ਸਾਰਾ ਕੁਛ ਪਿੱਛੇ ਚਲੇ ਗਿਆ, ਕੀ ਉਹ ਮੁੱਦੇ ਗਲਤ ਸੀ, ਕੀ ਉਹ ਮੁੱਦਿਆਂ ਦੀ ਅਹਿਮੀਅਤ ਅੱਜ ਦੇ ਸਮੇਂ ਵਿੱਚ ਹੈ ਨਹੀਂ, ਅੱਜ ਨਵੇਂ ਮੁੱਦੇ ਆ ਗਏ ਜਾਂ ਉਹ ਲੋਕ ਭੁੱਲ ਗਏ। ਇਹ ਗੱਲਬਾਤ ਨੂੰ ਅੱਜ ਇੱਥੇ ਹੀ ਸਮੇਟਦੇ ਹਾਂ ਅਸੀਂ,
ਉਹਦੇ ਤੋਂ ਬਾਅਦ ਕੱਲ੍ਹ ਇੱਕ ਨਵੇਂ ਵਿਸ਼ੇ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਨਾਲ। ਔਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਵਰ ਸੰਧੂ ਹੋਰੀ ਸਾਡੇ ਕੋਲ ਬਹੁਤ ਜਲਦੀ ਹਾਜ਼ਰ ਹੋਣਗੇ ਇਸ ਸ਼ੋਅ ਦੇ ਵਿੱਚ। ਅੱਜ ਅਸੀਂ ਇਹ ਸ਼ੋਅ ਸਰੀ ਸਟੂਡੀਓ ਤੋਂ ਕਰ ਰਹੇ ਹਾਂ। ਮਿਲਦੇ ਹਾਂ ਜੀ ਕੱਲ੍ਹ ਫਿਰ ਅਸੀਂ ਇਸੇ ਸ਼ੋਅ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ।